आरजे बानी किवें नाम ਪਿਆ ਅੱਜ ਬਾਨੀ ਰੇਡੀਓ ਜੋਕੀ ਆਰ ਜੇ ਸਾਰਿਆਂ ਨੂੰ ਪਤਾ ਹੈ ਐਂਡ ਬਾਨੀ ਬਬਲੀਨ ਕੋਰ ਤੋਂ ਐਕਚੁਅਲੀ ਬਾੜੀ ਬਣੀ ਮੇਰਾ ਜੋ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਮੇਰਾ ਫੁੱਲ ਨੇਮ ਬਬਲੀਨ ਕੋਰ ਹੈ ਤੇ ਬਾਨੀ ਨਾ ਮੇਰਾ ਐਕਸੀਡੈਂਟਲੀ ਪੈ ਗਿਆ ਕਈ ਰੇਡੀਓ ਸਟੇਸ਼ਨਸ ਤੋਂ ਮੈਨੂੰ ਫੋਨ ਆਇਆ ਕਿ ਤੁਸੀਂ ਇੰਟਰਨਸ਼ਿਪ ਜੁਆਇਨ ਕਰ ਲਓ ਮੈਂ ਕਿਹਾ ਯਾਰ ਮੇਰਾ ਪ੍ਰੋਜੈਕਟ ਆ ਮੈਂ ਕਿਹਾ ਤੁਸੀਂ ਇਹ ਨਾ ਸੋਚੋ ਮੇਚ ਟੈਲੈਂਟ ਆ ਮੈਂ ਤਾਂ ਫਸਟ ਆਈ ਮੇਰੇ ਫਰੈਂਡ ਦੀ ਕਾਲੀ ਜੁਬਾਣਾ ਮੈਂ ਤਾਂ ਫਸਟ ਆਈ ਮੈਂ ਤਾਂ ਨਹੀਂ ਇੰਟਰਨਸ਼ਿਪ ਹੋਣੀ ਰੇਡੀਓ ਦੀ ਬਟ ਕਹਿੰਦੇ ਆ ਕਿਸਮਤ ਚ ਲਿਖਿਆ ਹੁੰਦਾ ਰੇਡੀਓ ਜਾਣਾ ਮੇਰੇ ਘਰ ਦੇ ਪੁੱਛ ਕੇ ਤੇ ਕੋ ਉਹਨਾਂ ਨੇ ਕਹਿ ਦੇਣਾ ਵਿੱਚ ਕੁੜੀਆਂ ਵਾਲੇ ਕੋਈ ਗੋਨ ਨਹੀਂ ਹੈਗੇ ਸੀਰੀਅਸਲੀ ਮੈਂ ਮਤਲਬ ਕੁੜੀਆਂ ਸ਼ਰਮਾਉਂਦੀਆਂ ਮੈਨੂੰ ਨਹੀਂ ਲੱਗਦਾ ਯਾਰ ਕੁੜੀਆਂ ਸ਼ਰਮਾਉਂਦੀਆਂ ਅੱਜ ਕੱਲ ਨੋ ਆ ਇਸ ਪੁਆਇੰਟ ਤੇ ਮੈਂ ਨਹੀਂ ਐਗਰੀ ਕਰਦੀ ਮੈਂ ਤਾਂ ਬਿਲਕੁਲ ਨਹੀਂ ਸ਼ਰਮਾਉਂਦੀ ਹ ਹੁਣ ਜਿਵੇਂ ਨਾ ਮੌਕਾ ਰੇਡੀਓ ਐਕਸਪੈਂਡ ਹੋ ਚੁੱਕਾ ਡਿਜੀਟਲ ਹੋ ਚੁੱਕਿਆ ਫਿਰ ਆਰ ਜੇਜ਼ ਦੀ ਇੱਕ ਤਰ੍ਹਾਂ ਨਾਲ ਇਹ ਚੈਲੰਜ ਵੀ ਆ ਤੇ ਰਿਸਪੌਂਸਿਬਿਲਟੀ ਵੀ ਆ ਕਿ ਜਿੰਨਾ ਐਫਰਟ ਆਪਣੇ ਸ਼ੋਅ ਚ ਕਰ ਰਿਆ ਨਾ ਓਨਾ ਹੀ ਐਫਰਟ ਉਹ ਇੰਸਟਾਗ੍ਰam ਤੇ ਵੀ ਕਰੇ ਕਿਉਂ ਕਿ ਦੇਖੋ ਅਸੀਂ ਕਾਰਟ ਦੇ ਵਿੱਚ ਮੇਰਾ ਸ਼ੋਅ ਚੱਲ ਰਿਹਾ ਹੈ ਨਾ ਕਿਸੇ ਨੇ ਇੱਕ ਲਿੰਕ ਸੁਣਿਆ ਦੋ ਲਿੰਕ ਸੁਣੇ ਕੋਈ ਡੈਸਟੀਨੇਸ਼ਨ ਤੇ ਪਹੁੰਚੀ ਉੱਤੋਂ ਬਾਦੋਂ ਮੇਰਾ ਸ਼ੋਅ ਨਹੀਂ ਸੁਣਨਾ ਕਈ ਵਾਰੀ ਮਿਸ ਵੀ ਹੋ ਜਾਣਾ ਬਟ ਜੇ ਮੈਂ ਆਪਣੀ ਫੈਨ ਫਾਲੋਇੰਗ ਵਧੀਆਂ ਬਣਾਉਣਾ ਚਾਹੁੰਦੀ ਤਾਂ ਮੈਨੂੰ ਇੰਸਟਾ ਤੇ ਐਕਟਿਵ ਰਹਿਣਾ ਪਊਗਾ ਟੀਵੀ ਸ਼ੋਅ ਵੀ ਚੱਲਦੇ ਨੇ ਕਦੀ ਆਫਰ ਆਈਆਂ ਟੀਵੀ ਮੈਂ ਟੀਵੀ 'ਚ ਕੰਮ ਕੀਤਾ ਹੋਇਆ ਬੀਸਿਕਲੀ ਬਟ ਮੈਂ ਸੱਚ ਦੱਸਾਂ ਰੂਹ ਨੂੰ ਸਕੂਨ ਨਾ ਮੇਰੀ ਰੇਡੀਓ ਦੇ ਵਿੱਚ ਹੀ ਮਿਲਦਾ ਮੈਨੂੰ ਸੀਰੀਅਸਲੀ ਮਜ਼ਾ ਬਹੁਤ ਆਉਂਦਾ ਸਮਝ ਨਹੀਂ ਆ ਰਹੀ ਮੈਨੂੰ ਮੇਰੀ ਕਿੱਧਰ ਹੈ ਮੰਜ਼ਿਲ ਮੇਰੀ ਰੋਂਦੀ ਅੱਖੀਆਂ ਨਾਲ ਲਿਖ ਰਹੀ ਵਾਂ ਦਿਲ 'ਚ ਕਿਸੇ ਨੂੰ ਕੋਸ ਰਹੀ ਹਾਂ ਮਿਹਨਤ ਕਰਦੀ ਮੈਂ ਥੱਕਦੀ ਨਹੀਂ ਬਟ ਕਾਮਯਾਬੀ ਕਦੀ ਮਿਲਦੀ ਨਹੀਂ ਮਨ ਨੂੰ ਹਾਂ ਸਮਝਾਂਦੀ ਬਹੁਤ ਪਰ ਕਿਸਮਤ ਇਹ ਮਜ਼ਾਕ ਕਰਨੋਂ ਕਦੀ ਹਟਦੀ ਨਹੀਂ ਸਮਝ ਨਹੀਂ ਆ ਰਹੀ ਮੈਨੂੰ ਮੇਰੀ ਕਿੱਧਰ ਹੈ ਮੰਜ਼ਿਲ ਮੇਰੀ ਰਹਿਂਦੇ ਦਿਲਾਂ ਤੂੰ ਵਿਸ਼ਵਾਸ ਕਰਨਾ ਛੱਡ ਦੇ ਯਕੀਨ ਤੂੰ ਸਭ ਤੇ ਜਦ ਲੋਕ ਬਦਲ ਜਾਂਦੇ ਨੇ ਫਿਰ ਕਿਸਮਤ ਵੀ ਬਦਲ ਜਾਊ ਤੇਰੀ ਬਸ ਤੂੰ ਮਿਹਨਤ ਕਰਦੀ ਰਹਿ ਤੂੰ ਬਾਣੀ ਰੱਬ ਨੇ ਲਿਖੀ ਏ ਤੇਰੀ ਕਹਾਣੀ ਤੁਹਾਨੂੰ ਇੱਕ ਜੰਗ ਲੜਨੀ ਪੈਂਦੀ ਆ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਲਈ ਇਹ ਮੈਨੂੰ ਹੀ ਨਹੀਂ ਇਹ ਮੈਨੂੰ ਲੱਗਦਾ ਹੈ ਕਿ ਹਰ ਆਰ ਜੇ ਲੜਦਾ ਹੈ ਮੈਂ ਅੱਜ ਲੰਦਰ ਚ ਲੜ ਰਹੀ ਆ ਮੇਰੇ ਫਰੈਂਡਸ ਨੇ ਚੰਡੀਗੜ੍ਹ ਉਹ ਆਪਣੀ ਜਰਨੀ ਲਈ ਫਾਈਟ ਕਰ ਰਹੇ ਨੇ ਇਹ ਸਾਰੇ ਕੰਟੈਂਟ ਕ੍ਰੀਏਟਰਸ ਦੀ ਕਹਾਣੀ ਹੈ ਤੇ ਮੈਂ ਕਹਿੰਨੀ ਹਾਂ ਸਾਰੇ ਫਿਲਮ ਮੇਕਰਸ ਦੀ ਵੀ ਕਹਾਣੀ ਹੈ ਅਸੀਂ ਇੱਕ ਰੀਲ ਤੇ ਇਨਵੈਸਟ ਕਰਦੇ ਆ ਉਹ ਇੱਕ ਫਿਲਮ ਤੇ ਇਨਵੈਸਟ ਕਰਦੇ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਸਾਲ ਸਾਲ ਲਗਾਉਂਦੇ ਫਿਲਮ ਬਣਾਉਣ ਨੂੰ ਪਬਲਿਕ ਇਕਦੰਤ ਦਾ ਹਜ਼ਲਦਿਆ ਹਾਂਜੀ ਨਹੀਂ ਵਧੀਆ ਲੱਗੀ ਅਸੀਂ ਸਾਰੇ ਇੱਕੋ ਬੋਟ ਦੇ ਵਿੱਚ ਸਵਾਰ ਆ ਅਸੀਂ ਸਾਰਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ ਹਰ ਇੱਕ ਦੀ ਆਪਣੀ ਜਰਨੀ ਆ ਇਹ ਪੰਜ ਉਂਗਲਾਂ ਕਦੇ ਬਰਾਬਰ ਨਹੀਂ ਆ ਕਿਸੇ ਆਰ ਜੇ ਦੇ ਵਿੱਚ ਕੁਝ ਚੰਗਾ ਹੋਊਗਾ ਕਿਸੇ ਆਰ ਜੇ ਦੇ ਵਿੱਚ ਕੁਝ ਚੰਗਾ ਹੋਊਗਾ ਜ਼ਰੂਰੀ ਨਹੀਂ ਆ ਕਿ ਹਰ ਇੱਕ ਇਕੁਅਲ ਆ ਜੇ ਇੱਕ ਕਿਸੇ ਨੇ ਵੱਡਾ ਕਾਰ ਬਣਨਾ ਹੋਵੇ ਨਾ ਉਹਨੂੰ ਜ਼ਿਆਦਾ ਟਾਈਮ ਲੱਗੂਗਾ ਦੋ ਮਰਲੇ ਦੀ ਕੋਠੀ ਇੱਕ ਮਹੀਨੇ ਚ ਬਣ ਜੂਗੀ ਜੇ ਕਿਸੇ ਦਾ ਵਿਲਾ ਬੰਨਾ ਉਹਨੂੰ ਟਾਈਮ ਲੱਗੂਗਾ ਹੋ ਸਕਦਾ ਹੈ ਕਿ ਅਸੀਂ ਸਾਡਾ ਵਿਲਾ ਬਨ ਰਿਹਾ ਯਾ ਰੱਬ ਬਣਾ ਰਿਹਾ ਯਾ ਤੇ ਅਸੀਂ ਦੋ ਮਰਲੇ ਦੀ ਕੋਠੀ ਬਣਦੀ ਦੇਖ ਕੇ ਸੜਦੇ ਪਿਆ ਕਿ ਯਾਰ ਸਾਡਾ ਕਿਉਂ ਨਹੀਂ ਬਣੇ ਬਟ ਇੱਕ ਮੈਸੇਜ ਆਇਆ ਅੱਜ ਮੈਂ ਆਪਣੀ ਬੇਟੀ ਦਾ ਨਾਮ ਤੁਹਾਡੇ ਨਾਮ ਤੋਂ ਰੱਖਿਆ ਫਿਰ ਮੈਨੂੰ ਲੱਗਦਾ ਕਿ ਉਹ ਕੰਪਲੀਮੈਂਟ ਕਿਸੇ ਭਾਰਤ ਰਤਨਾ ਕਿਸੇ ਵੱਡੇ ਅਵਾਰਡ ਤੋਂ ਘੱਟ ਨਹੀਂ ਆ ਕਿ ਕਿਸੇ ਨੇ ਆਪਣੀ ਧੀ ਦਾ ਨਾਮ ਮੇਰੇ ਨਾਮ ਤੋਂ ਰੱਖਿਆ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਸਿਕਾ ਦੋਸਤੋ ਤੁਸੀਂ ਲਿਖ ਰਹੇ ਹੋ ਪੰਜਾਬ ਟੂ ਪ੍ਰਦੇਸ਼ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਮਿਰਚੀ ਦੀ ਬੋਲਬਾਣੀ ਕਿਉਂਕਿ ਅਜੋ ਰੇਡੀਓ ਮਿਰਚੀ ਦੇ ਉੱਪਰ ਤੁਸੀਂ ਅਕਸਰ ਉਹਨਾਂ ਦੀਆਂ ਜਿਹੜੀਆਂ ਵੌਇਸ ਨੇ ਤੁਸੀਂ ਸੁਣਦੇ ਹੋ ਜੋ ਉਹਨਾਂ ਦੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਸਟੋਰੀਸ ਪਾਈਆਂ ਜਾਂਦੀਆਂ ਨੇ ਉਸ ਵੇਲੇ ਇੰਸਟਾਗ੍ਰਾਮ ਦੇ ਉੱਪਰ ਕਾਫੀ ਜਿਹੜਾ ਵਾ ਮਿੱਚੀ ਬੋਲਬਾਣੀ ਫੇਮਸ ਹੋਈ ਅੱਜ ਜੇ ਤੁਹਾਨੂੰ ਮਿਲਵਾਉਂਦੇ ਆ ਗੱਲਬਾਤ ਕਰਦੇ ਆ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਜੀ ਫਸਟਲੀ ਵੈਲਕਮ ਟੂ ਮਾਈ ਹੋਮ ਮੈਂ ਮਤਲਬ ਵੈਸੇ ਤਾਂ ਬਹੁਤ ਜ਼ਿਆਦਾ ਫੁੱਲੀ ਹੋਈਆਂ ਬਟ ਤੁਸੀਂ ਮੇਰੇ ਘਰ ਆਏ ਹੋ ਸੱਚੀ ਤੁਸੀਂ ਘਰ ਸਾਡੇ ਆਏ ਅਸੀਂ ਹੋਰ ਫੁੱਲੇ ਨਾ ਸਮਾਏ ਥੈਂਕ ਯੂ ਹਾਂਜੀ ਗੱਲ ਕਰਾਂਗੇ ਆਰ ਜੇ ਬਾਣੀ ਦਾ ਫੁੱਲ ਫਾਰਮ ਕੀ ਹੈ ਸਟਾਰਟਿੰਗ ਆਪੇ ਇਥੋਂ ਕਰ ਲਾਂਗੇ ਆਰ ਜੇ ਬਾਣੀ ਕਿਵੇਂ ਨਾਮ ਪਿਆ ਆਰ ਜੇ ਬਾਣੀ ਰੇਡੀਓ ਜੋਕੀ ਆਰ ਜੇ ਸਾਰਿਆਂ ਨੂੰ ਪਤਾ ਹੈ ਐਂਡ ਬਾਣੀ ਬਬਲੀਨ ਕੌਰ ਤੋਂ ਐਕਚੁਅਲੀ ਬਾੜੀ ਬਾਣੀ ਮੇਰਾ ਜੋ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਮੇਰਾ ਫੁੱਲ ਨੇਮ ਬਬਲੀਨ ਕੌਰ ਹੈ ਤੇ ਬਾਣੀ ਨਾਮ ਮੇਰਾ ਐਕਸੀਡੈਂਟਲੀ ਪੈ ਗਿਆ ਐਕਸੀਡੈਂਟਲੀ ਇੱਦਾਂ ਪੈ ਗਿਆ ਕਿਉਂਕਿ ਸ਼ੋ ਮਿਲਦਾ ਹੁੰਦਾ ਐਂਡ ਸ਼ੋ ਦੇ ਵਿੱਚ ਇੱਕ ਪ੍ਰੋਪਰ ਨਾਮ ਹੁੰਦਾ ਫਿਰ ਮੈਨੂੰ ਲੱਗਿਆ ਕਿ ਬਾਣੀ ਮੇਰੇ ਲਈ ਬਹੁਤ ਸਹੀ ਰਹੇਗਾ ਸੋ ਫਿਰ ਬਾਣੀ ਸ਼ੁਰੂ ਤੋਂ ਹੀ ਰਿਹਾ ਆ ਗੱਲ ਕਰਕੇ ਸਟੱਡੀ ਤੋਂ ਬਾਅਦ ਇਸ ਲਾਈਨ ਨਾਲ ਕਿਵੇਂ ਆ ਕਿ ਉਹਨੂੰ ਤਾਂ ਗਵਰਨਮੈਂਟ ਜੌਬ ਵੱਲ ਜਾਣਾ ਪੈਂਦਾ ਇਸ ਵਾਰ ਤੁਸੀਂ ਇਧਰ ਲਾਈਨ ਕਿਵੇਂ ਚੁਣ ਲਈ ਮੈਨੂੰ ਸੱਚੀ ਕੋਈ ਇੰਟਰਸਟ ਨਹੀਂ ਸੀ ਗਵਰਨਮੈਂਟ ਜੌਬ 'ਚ ਐਨੀਵਨ ਮੈਂ ਐਮਸੀਏ ਕੀਤੀ ਹੋਈ ਆ ਬੀਸਿਕਲੀ ਤੇ ਗ੍ਰੈਜੂਏਸ਼ਨ 3rd ਇਅਰ ਦੀ ਗੱਲ ਹੈ ਸਾਡੇ ਸਪਟੈਂਬਰ 2014 ਮੈਨੂੰ ਯਾਦ ਹੈ ਇੰਟਰ ਕਾਲਜ ਕੰਪੀਟੀਸ਼ਨ ਸੀ ਮੈਂ ਮਤਲਬ ਕਾਲਜ ਦੇ ਵਿੱਚ ਨਾ ਬੋਲਣ ਵਾਲੀ ਲੜਨ ਵਾਲੀ ਦੇ ਨਾਂ ਤੋਂ ਫੇਮਸ ਸੀ ਮਤਲਬ ਮੇਰੇ ਇਹ ਫਰੈਂਡਸ ਗਰੁੱਪ 'ਚ ਮੇਰੀ ਕਲਾਸ 'ਚ ਇਹ ਹਾਲ ਸੀ ਕਿ ਕੋਈ ਆਂਦਾ ਸੀਗਾ ਨਾ ਯਾਰ ਕੋਈ ਕੁੜੀ ਦਾ ਨਾਂ ਲਿਖਾਓ ਕੋਈ ਬੰਦੇ ਦਾ ਨਾਂ ਲਿਖਾਓ ਜਿਹਦੇ ਨਾ ਆਰਗੂਮੈਂਟਸ 'ਚ ਪੁਆਇੰਟ ਹੋਵੇ ਪੂਰੀ ਕਲਾਸ ਮੇਰਾ ਨਾਮ ਲੈਂਦੀ ਸੀ ਬਬਲੀਨ ਲਿਖ ਦਿਓ ਜੀ ਬਬਲੀਨ ਉਹ ਤੋਂ ਬਾਅਦ ਕੀ ਹੋਇਆ ਕਿ ਸਾਡਾ ਸਿਗਾ ਸਿਟੀ ਇੰਸਟੀਚਿਊਟ ਸਟੇਟ ਲੈਵਲ ਹਾਰਜਹੰਟ ਕੰਪੀਟੀਸ਼ਨ ਇੱਕ ਦਿਨ ਪਹਿਲਾਂ ਮੈਂ ਆਰਾਮ ਨਾਲ ਆਪਣੇ ਪ੍ਰੋਜੈਕਟ 'ਚ ਲੱਗੀ ਹੋਈਆਂ ਬੀਸੀਆ 3rd ਯਰ ਦੇ ਸੰਧਿਆ ਮੈਡਮ ਆਏ ਮੇਰੇ ਬਬਲੀਨ ਮੈਂ ਤੇਰਾ ਹਾਰਜਹੰਟ 'ਚ ਭੇਜਦਾ ਕੱਲ ਕੰਪੀਟੀਸ਼ਨ ਹੈ ਸਿਟੀ ਸ਼ਾਹਪੁਰ ਕੈਂਪਸ 'ਤੇ ਸੀ ਜਾਣਾ ਤੇ ਮੈਨੂੰ ਪ੍ਰਾਈਜ਼ ਚਾਹੀਦਾ ਮੈਨੂੰ ਨਹੀਂ ਪਤਾ ਏ ਮੈਨੂੰ ਚਾਹੀਦਾ ਹੀ ਚਾਹੀਦਾ ਅਸੀਂ ਕਿਹਾ ਠੀਕ ਹੈ ਮੈਮ ਵੀ ਵਿਲ ਟ੍ਰਾਈ आवर ਬੈਸਟ ਅੱਛਾ ਸੰਧਿਆ ਮੈਡਮ ਦਾ ਖੌਫ ਸਾਰੇ ਐਸਡੀ ਕਾਲਜ ਜਿਹੜੇ ਪੜਦੇ ਸਾਰਿਆਂ ਨੂੰ ਪਤਾ ਮੈਡਮ ਦਾ ਬਹੁਤ ਖੌਫ ਸੀ दैट ਟਾਈਮ ਹੁਣ ਵੀ ਹੋਗਾ ਮੈਮ ਅੱਛਾ ਫਿਰ ਕੀ ਹੋਇਆ ਕਿ ਅਗਲੇ ਦਿਨ ਕੰਪੀਟੀਸ਼ਨ ਸਾਡੇ ਕਾਲਜ ਦੀਆਂ ਜਿੰਨੀਆਂ ਐਂਟਰੀਜ਼ ਗਈਆਂ ਕਿਸੇ ਦਾ ਪ੍ਰਾਈਜ਼ ਆਇਆ ਕਿਸੇ ਦਾ ਨਹੀਂ ਆਇਆ ਸਾਡੀ ਕਲਾਸ ਚੋਂ ਕਈ ਜਾਣੇ ਤੇ ਪ੍ਰਾਈਜ਼ ਨਹੀਂ ਆਇਆ ਤੇ ਸਾਰੇ ਨਾਲ ਦਉ ਉਦਾਸ ਹੋ ਕੇ ਬੈਠੀ ਸੀ ਕਿਉਂਕਿ ਮੈਡਮ ਤੋਂ ਝਾੜਾ ਪੈ ਜਾਨੀ ਅਸੀਂ ਜਾਂਦੇ ਆ ਸਕੂਲ ਕਾਲਜ ਤੇ ਮੈਨੂੰ ਕਹਿੰਦੇ ਬਵਲੀਨ ਜੋ ਮਰਜੀ ਕਰ ਤੈਨੂੰ ਆ ਕੰਪੀਟੀਸ਼ਨ ਜਿੱਤਣਾ ਪੈਣਾ ਮੈਂ ਘਬਰਾ ਗਈ ਜਾਂ ਮੈਂ ਜਲੰਧਰ ਦੇ ਐਸਡੀ ਕਾਲਜ ਦੀ ਕੁੜੀ ਉੱਥੇ ਯੂਨੀਵਰਸਿਟੀਆਂ ਦੇ ਬੱਚੇ ਆਏ ਹੋਏ ਚਟਕਾਰਾ ਦੇ ਬਥੇਰੇ ਵੱਡੇ ਵੱਡੇ ਇੰਸਟੀਟਿਊਟਸ ਦੇ ਮਾਸਕਮ ਦੇ ਬੱਚੇ ਤੇ ਮੈਂ ਆਈਟੀ ਦੀ ਸਟੂਡੈਂਟ ਜਿਹਨੂੰ ਆਰਜਿੰਗ ਦਾ ਕੁਝ ਨਹੀਂ ਪਤਾ ਜ਼ੀਰੋ ਤੇ ਮੈਂ ਕਿਹਾ ਯਾਰ ਪਤਾ ਨਹੀਂ ਹੁਣ ਮੇਰਾ ਸਿਲੈਕਸ਼ਨ ਹੋਣਾ ਕਿ ਨਹੀਂ ਹੋਣਾ ਮੈਂ ਜੋ ਹੈਗੀ ਨਾ ਮੈਂ ਬੋਲ ਕੇ ਆਲੀ ਐ ਬੋਲਣ ਦਾ ਕੰਪੀਟੀਸ਼ਨ ਆ ਮੈਂ ਗਈ ਮੈਂ ਪਹਿਲੇ ਰਾਉਂਡ ਚ ਬੋਲਾਈ ਮੈਂ ਸ਼ਾਰਟਲਿਸਟ ਹੋ ਗਈ ਦੂਜੇ ਰਾਉਂਡ ਚ ਗਈ ਸਾਰੀਆਂ ਪਰਫਾਰਮੈਂਸਸ ਹੋਈਆਂ ਮੈਨੂੰ ਇਦਾਂ ਲੱਗਿਆ ਆਪਣੀਆਂ ਪਰਫਾਰਮੈਂਸਸ ਬੰਦਨ ਪਤਾ ਹੁੰਦਾ ਕਿ ਹਾਂ ਫਸਟ ਸੈਕਿੰਡ ਥਰਡ ਮੈਂ ਆਪਣੀ ਨਾ ਥਰਡ ਸੋਚਿਆ ਹੋਇਆ ਸੀਗਾ ਕਿ ਹਾਂ ਯਾਰ ਥਰਡ ਤਾਂ ਮੈਂ ਆ ਜਾਊਂਗੀ ਬਟ ਜਦੋਂ ਆਰ ਜੇ ਰਮੇਤ ਐਂਡ ਰਾਹੁਲ ਰਾਈਟਰ ਉਹਨਾਂ ਨੇ ਜਦੋਂ ਮੇਰਾ ਨਾਮ ਬੋਲਿਆ ਬਬਲੀਨ ਕੌਰ ਫਰਸਟ ਹਾਈ ਮੇਰੀ ਕਲਾਸ ਦੇ ਵਿੱਚ ਤਾਂ ਖੁਸ਼ੀ-ਖੁਸ਼ੀ ਅੱਛਾ ਮੈਂ ਤਾਂ ਵੀ ਉਹਦਾ ਕ੍ਰੈਡਿਟ ਨਾ ਸਕਸੈਸ ਦਾ ਆਪ ਨਹੀਂ ਲਿਆ ਰਾਉਂਡਸ ਖਤਮ ਹੋ ਗਏ ਰਿਜ਼ਲਟ ਜੇ ਅਨਾਉਂਸ ਹੋਣਾ ਸੀ ਮੇਰੀ ਇੱਕ ਫਰੈਂਡ ਹੈ ਰਮਨ ਉਹਦੀ ਨਾ ਅਸੀਂ ਕਹਿੰਦੇ ਸੀ ਕਾਲੀ ਜ਼ੁਬਾਨਾ ਜੋ ਕਹਿੰਦੀ ਸੀ ਸੱਚ ਹੋ ਜਾਂਦਾ ਸੀ ਉਹ ਕਹਿੰਦੀ ਬਬਲੀਨ ਤੇਰਾ ਆ ਜਾਣਾ ਪ੍ਰਾਈਜ਼ ਉਹ ਆ ਗਿਆ ਮੈਂ ਕਿਹਾ ਯਾਰ ਸੱਚੀ ਤੇਰੀ ਕਾਲੀ ਜੁਬਾਨ ਸੱਚ ਹੋ ਗਈ ਯਾਰ ਮੇਰਾ ਸੱਚੀ ਪ੍ਰਾਈਜ਼ ਆ ਗਿਆ ਇਹ ਗੱਲ ਸੱਚ ਉਹਦੀ ਕਾਲੀ ਜੁਬਾਨ ਨਾਲ ਸੱਚ ਹੁੰਦੀ ਹੈ ਹਾਂ ਮੈਂ ਸੀਰੀਅਸਲੀ ਕਹਿੰਨੀ ਜਿਨ੍ਹਾਂ ਦੀ ਕਾਲੀ ਜੁਬਾਨਾ ਜੋ ਬੋਲਦੇ ਸੀਰੀਅਸਲੀ ਸੱਚ ਹੁੰਦਾ ਮੇਰੇ ਮम्मा ਦੀ ਵੀ ਕਾਲੀ ਜੁਬਾਨ ਹੈ ਅੱਛਾ ਹਾਂ ਇੱਕ ਵਿਆਹ ਤੇ ਗਈਆਂ ਮੈਂ ਗੋਗਲਸ ਪਾਈ ਹੋਈ ਸੀ ਸਵੇਰੇ ਨਾ ਮੈਂ ਪਾ ਕੇ ਗਈਆਂ ਤੇਰਾ ਮੈਨੂੰ ਸਾਬ ਪਤਾ ਗਵਾ ਕੇ ਆਣਾ ਤੂੰ ਐਂਡ ਸੱਚੀ ਗਵਾਚ ਕੇਂਗੀ ਮੈਂ ਫਿਰ ਉਹ ਕ੍ਰੈਡਿਟ ਆਪ ਨਹੀਂ ਲੈਂਦੀ ਮੈਂ ਕਹਿੰਨੀ ਤੁਸੀਂ ਸਵੇਰੇ ਕਹਿ ਹੀ ਦਿੱਤਾ ਸੀ ਤੁਹਾਡੀ ਹੈ ਹੀ ਕਾਲੀ ਜ਼ੁਬਾਨ ਇਹ ਸੱਚ ਹੈ ਤੇ ਫਿਰ ਨਾ ਉਸ ਤੋਂ ਬਾਅਦ ਕਈ ਰੇਡੀਓ ਸਟੇਸ਼ਨਸ ਤੋਂ ਮੈਨੂੰ ਫੋਨ ਆਇਆ ਕਿ ਤੁਸੀਂ ਇੰਟਰਨਸ਼ਿਪ ਜੁਆਇਨ ਕਰ ਲਓ ਮੈਂ ਕਿਹਾ ਯਾਰ ਮੇਰਾ ਪ੍ਰੋਜੈਕਟ ਆ ਮੈਂ ਕਿਹਾ ਤੁਸੀਂ ਇਹ ਨਾ ਸੱਚ ਮੇਚ ਟੈਲੈਂਟ ਆ ਮੈਂ ਤਾਂ ਫਸਟ ਆਈ ਮੇਰੀ ਫਰੈਂਡ ਦੀ ਕਾਲੀ ਜ਼ੁਬਾਨਾ ਮੈਂ ਤਾਂ ਫਸਟ ਆਈ ਮੈਂ ਤਾਂ ਨਹੀਂ ਇੰਟਰਨਸ਼ਿਪ ਹੋਣੀ ਰੇਡੀਓ ਦੀ ਬਟ ਕਹਿੰਦੇ ਆ ਕਿਸਮਤ ਚ ਲਿਖਿਆ ਹੁੰਦਾ ਰੇਡੀਓ ਜਾਣਾ ਕਿਤੋਂ ਲੜਕੀਆਂ ਸ਼ਰਮਾਉਂਦੀਆਂ ਨੇ ਬੋਲਣ ਲੱਗਿਆਂ ਕਿ ਚਾਚੀ ਜੀ ਆਦੀਆਂ ਨੇ ਤੁਸੀਂ ਤਾਂ ਫਟਾਫਟ ਸਾਨੂੰ ਸਵਾਲ ਦਾ ਮੌਕਾ ਨਹੀਂ ਦੇ ਰਹੇ ਮੇਰੇ ਘਰ ਦੇਣ ਪੁੱਛ ਕੇ ਤੇ ਕੋ ਉਹਨਾਂ ਨੇ ਕਹਿ ਦੇਣਾ ਵਿੱਚ ਕੁੜੀਆਂ ਵਾਲੇ ਕੋਈ ਗੋਨੀ ਹੈਗੇ ਸੀਰੀਅਸਲੀ ਮੈਂ ਮਤਲਬ ਕੁੜੀਆਂ ਸ਼ਰਮਾਉਂਦੀਆਂ ਮੈਨੂੰ ਨਹੀਂ ਲੱਗਦਾ ਯਾਰ ਕੁੜੀਆਂ ਸ਼ਰਮਾਉਂਦੀਆਂ ਅੱਜਕੱਲ੍ਹ ਨੋ ਆਇਸ ਪੁਆਇੰਟ ਤੇ ਮੈਂ ਨਹੀਂ ਐਗਰੀ ਕਰਦੀ ਮੈਂ ਤਾਂ ਬਿਲਕੁਲ ਨਹੀਂ ਸ਼ਰਮਾਂਦੀ ਮੇਰੇ ਸਾਹਮਣੇ ਤਾਂ ਬੰਦੇ ਨੂੰ ਮੌਕਾ ਲੈਣਾ ਪੈਂਦਾ ਬੋਲਣ ਦਾ ਮੈਂ ਨਹੀਂ ਬੋਲਣ ਦਾ ਮੌਕਾ ਦਵਾਂਗੀ ਕੀ ਵਾਰ ਜਦੋਂ ਆਪਾਂ ਸ਼ੋਅ ਦੇਖਦੇ ਆ ਤੁਹਾਡੇ ਕਈ ਵਾਰ ਸ਼ੋਅ ਦੇ ਵਿੱਚ ਤੁਸੀਂ ਨਾਲ ਰੀਲ ਬਣਾਦੇ ਹੋ ਉਹ ਕਿਵੇਂ ਮੈਨੇਜ ਕਰਦੇ ਹੋ ਨਾਲ ਆਪਣੇ ਪਰਸਨਲ ਜਿਹੜਾ ਤੁਸੀਂ ਅਕਾਊਂਟ ਨੂੰ ਹੈਂਡਲ ਕਿਵੇਂ ਕਰਦੇ ਹੋ ਨਾਲ ਯਾ ਦੇਖੋ ਪਤਾ ਕੀ ਆ ਅੱਜ ਦੀ ਰੇਟ ਦੇ ਵਿੱਚ ਇੱਕ ਆਰ ਜੇ ਨੂੰ ਸਕਸੈਸਫੁਲ ਕਿਸ ਤਰ੍ਹਾਂ ਗਿਣਿਆ ਜਾਂਦਾ ਹੈ ਆਪਾਂ ਹੁਣ ਸਾਰੇ ਸਟੇਸ਼ਨਸ ਦੇ ਆਰ ਜੇਸ ਦਾ ਸ਼ੋਅ ਨਹੀਂ ਸੁਣ ਸਕਦੇ ਹੁਣ ਬੰਬੇ ਦੇ ਸਟੇਸ਼ਨ ਦਾ ਆਰ ਜੇ ਕੀ ਬੋਲ ਰਿਹਾ ਮੈਨੂੰ ਨਹੀਂ ਪਤਾ ਦਿੱਲੀ ਦਾ ਕੀ ਬੋਲ ਰਿਹਾ ਮੈਨੂੰ ਨਹੀਂ ਪਤਾ ਮੈਂ ਕੀ ਕਰਾਂਗੀ ਮੈਂ ਇੰਸਟਾ ਤੇ ਉਹਨੂੰ ਸਰਚ ਕਰਾਂਗੀ ਉਹਦੀਆਂ ਰੀਲਸ ਦੇਖਾਂਗੀ ਮੈਨੂੰ ਪਤਾ ਲੱਗ ਜਾਊਗਾ ਕਿ ਉਹਦਾ ਕੰਟੈਂਟ ਕੀ ਹੋ ਜਾਇਆ ਹੁਣ ਜਿਵੇਂ ਨਾ ਮੋਕਾ ਰੇਡੀਓ ਐਕਸਪੈਂਡ ਹੋ ਚੁੱਕਾ ਡਿਜੀਟਲ ਹੋ ਚੁੱਕਿਆ ਫਿਰ ਆਰ ਜੇਜ਼ ਦੀ ਇੱਕ ਤਰ੍ਹਾਂ ਨਾਲ ਇਹ ਚੈਲੰਜ ਵੀ ਆ ਤੇ ਰਿਸਪੌਂਸਿਬਿਲਟੀ ਵੀ ਹੈ ਕਿ ਜਿੰਨਾ ਐਫਰਟ ਆਪਣੇ ਸ਼ੋ ਚ ਕਰ ਰਿਆ ਨਾ ਓਨਾ ਹੀ ਐਫਰਟ ਉਹ ਇੰਸਟਾਗ੍ਰam ਤੇ ਵੀ ਕਰੇ ਕਿਉਂ ਕਿ ਕਿਉਂਕਿ ਦੇਖੋ ਅਸੀਂ ਕਾਰਟ ਦੇ ਵਿੱਚ ਮੇਰਾ ਸ਼ੋ ਚੱਲ ਰਿਹਾ ਹੈ ਨਾ ਕਿਸੇ ਨੇ ਇੱਕ ਲਿੰਕ ਸੁਣਿਆ ਦੋ ਲਿੰਕ ਸੁਨੇ ਕੋਈ ਡੈਸਟੀਨੇਸ਼ਨ ਤੇ ਪਹੁੰਚੀ ਉਤੋਂ ਬਾਅਦ ਉਹਨਾਂ ਨੇ ਮੇਰਾ ਸ਼ੋ ਨਹੀਂ ਸੁਣਨਾ ਕਈ ਵਾਰੀ ਮਿਸ ਵੀ ਹੋ ਜਾਣਾ ਬਟ ਜੇ ਮੈਂ ਆਪਣੀ ਫੈਨ ਫਾਲੋਇੰਗ ਵਧੀਆਂ ਬਣਾਉਣਾ ਚਾਹੁੰਦੀ ਤਾਂ ਮੈਨੂੰ ਇੰਸਟਾ ਤੇ ਐਕਟਿਵ ਰਹਿਣਾ ਪਊਗਾ ਸੋ ਦੋਨੋਂ ਚੀਜ਼ਾਂ ਜ਼ਰੂਰੀ ਆ ਸੋ ਅੱ ਇਨਸਟਾਗ੍ਰam ਤੇ ਆਪਾਂ ਕਰੀਦੀਆਂ ਰੋਜ਼ ਪੋਸਟ ਹਾਂ ਬਿਲਕੁਲ ਅਸਰ ਟੀਵੀ ਸ਼ੋਅ ਵੀ ਚੱਲਦੇ ਨੇ ਕਦੀ ਆਫਰ ਆਈਆਂ ਟੀਵੀ ਸ਼ੋਅ ਵਾਸਤੇ ਵੀ ਮੈਂ ਟੀਵੀ 'ਚ ਕੰਮ ਕੀਤਾ ਹੋਇਆ ਬੀਸਿਕਲੀ ਬਟ ਮੈਂ ਸੱਚ ਦੱਸਾਂ ਰੂਹ ਨੂੰ ਸਕੂਨ ਨਾ ਮੇਰੀ ਰੇਡੀਓ ਦੇ ਵਿੱਚ ਹੀ ਮਿਲਦਾ ਮੈਨੂੰ ਸੀਰੀਅਸਲੀ ਮਜ਼ਾ ਬਹੁਤ ਆਉਂਦਾ ਮਤਲਬ ਮੈਂ ਇੰਨੀ ਪਾਗਲ ਆ ਯੂਕਾਨ ਕਿ ਇਵਨ ਬਿਲੀਵ ਮੰਡੇ ਟੂ ਸੈਟਰਡੇ ਮੈਂ ਕੰਮ ਕਰਦੀ ਕਰਦੀ ਆ ਬਟ ਮੈਂ ਸੰਡੇ ਵੀ ਕਈ ਵਾਰ ਆਫਿਸ ਚਲ ਜਾਨੀ ਆ ਕਿਉਂ ਮੈਂ ਪੋਡਕਾਸਟ ਦਾ ਕੰਮ ਕਰਨਾ ਹੁੰਦਾ ਅੱਜ ਵੀ ਮੈਂ ਜਾਣਾ ਸੀ ਮੇਰੀ ਮੰਮੀ ਨੇ ਮੈਨੂੰ ਜਾਣ ਨਹੀਂ ਦਿੱਤਾ ਰੁਕ ਜਾ ਅੱਜ ਤੂੰ ਫੈਮਲੀ ਨਾਲ ਟਾਈਮ ਸਪੈਂਡ ਕਰ ਸਵੇਰੇ ਮੰਡੇ ਤੈਨੂੰ ਮੈਂ ਸਵੇਰੇ 6 ਵਜੇ ਉਠਾ ਦਾਂਗੀ ਚੱਲ ਜਾਈਂ ਕਿੰਨੇ ਘੰਟੇ ਜੋਬ ਕਰਦੇ ਹੋ ਯਾਰ ਦੇਖੋ ਰੇਡੀਓ ਦੀ ਇਹ ਘੰਟਿਆਂ ਦੀ ਜੋਬ ਨਹੀਂ ਹੈ ਇਫ ਯੂ ਆ ਪਰਸਨ ਜਿਹਨੂੰ 9 ਟੂ 5 ਜੋਬ ਕਰਨੀ ਪਸੰਦ ਆ ਫਿਰ ਤੁਹਾਨੂੰ ਮੀਡੀਆ 'ਚ ਨਹੀਂ ਆਣਾ ਚਾਹੀਦਾ ਮੇਰੇ ਹਿਸਾਬ ਨਾਲ ਜੇ ਤੁਸੀਂ 9 ਟੂ 5 ਕੰਮ ਕਰਨਾ ਪਸੰਦ ਕਰਦੇ ਹੋ ਜੇ ਤੁਸੀਂ ਮੀਡੀਆ 'ਚ ਆਣਾ ਤਾਂ ਸਮਝ ਲਓ ਤੁਹਾਡੀ ਕੋਈ ਮਤਲਬ ਪਰਸਨਲ ਲਾਈਫ ਨਹੀਂ ਹੈ ਯੂ ਆ ਅ ਪਬਲਿਕ ਫਿਗਰ ਜਿਵੇਂ ਇੱਕ ਸੇਲੇਬ੍ਰਿਟੀ ਹੁੰਦਾ ਨਾ ਉਹਨਾਂ 24 ਘੰਟੇ ਕੰਮ ਕਰਨਾ ਪੈਂਦਾ ਆਪਣੀ ਲੁਕਸ ਤੇ ਆਪਣੀ ਐਕਟਿੰਗ ਤੇ ਓਵੇਂ ਹੀ ਸਾਡਾ ਕੰਮ ਆ ਅਸੀਂ ਰੇਡੀਓ ਐਕਟਰਸ ਆ ਤਰੀਕੇ ਦੇ ਨਾਲ ਸਾਡਾ 24 ਘੰਟੇ ਦਾ ਕੰਮ ਆ ਅਰਜ ਬਣ ਦੀ ਸ਼ੌਂਕ ਦੀ ਗੱਲ ਕਰ ਲਈ ਕਿਹੜੇ ਕਿਹੜੇ ਸ਼ੌਂਕ ਰੱਖੀ ਮੈਨੂੰ ਲਿਖਣ ਦਾ ਬਹੁਤ ਸ਼ੌਂਕ ਹੈ ਮੈਨੂੰ ਪੋਇਟਰੀ ਦਾ ਬਹੁਤ ਸ਼ੌਂਕ ਹੈ ਮੈਨੂੰ ਆਪਣੇ ਇਹ ਮੇਰੇ ਨਾਨਾ ਜੀ ਦਾ ਕਮਰਾ ਬੈਕ ਸਾਈਡ ਤੇ ਇੱਥੇ ਬੈਕ ਕੁਛ ਨਾ ਕੁਛ ਲਿਖਣ ਦਾ ਬਹੁਤ ਸ਼ੌਂਕ ਹੈ ਉਹਨਾਂ ਦੀਆਂ ਲਰਨਿੰਗਸ ਯਾਦ ਕਰਨ ਦਾ ਸ਼ੌਂਕ ਹੈ ਮੈਂ ਮਤਲਬ ਵੈਸੇ ਤਾਂ ਮੈਂ ਬਹੁਤ ਬੋਲਦੀ ਆ ਬਟ ਮੇਰੀ ਹੌਬੀ ਆ ਜ਼ਿਆਦਾ ਲਿਖਣਾ ਰਿਜ਼ਰਵ ਰਹਿਣਾ ਕੁਝ ਵਧੀਆ ਚੀਜ਼ ਲਿਖਣਾ ਤੇ ਉਹ ਘਰਦਿਆਂ ਨੂੰ ਸੁਣਾਣਾ ਕੁਝ ਇੱਕ ਦੋ ਦਿਨਾਂ ਦੇ ਜਿਹੜਾ ਹੁਣ ਤਾਜ਼ਾ ਲਿਖਿਆ ਹੋਵੇ ਅਸੀਂ ਸੁਣਨਾ ਚਾਹਾਂਗੇ ਓਕੇ ਤਾਜ਼ਾ ਲਿਖਿਆ ਹੋਵੇ ਮੈਂ ਨਾ ਮਤਲਬ ਕਹਾਣੀ ਲਿਖਦੀ ਪੀ ਸੀ ਅੱਜ ਸਵੇਰ ਦੀ ਉਹ ਅਧੂਰੀ ਹੈ ਹਜੇ ਉਹ ਨਹੀਂ ਸੁਣਾਉਂਗੀ ਤੇ ਹਾਂ ਉਹ ਹਜੇ ਅਧੂਰੀਆ ਉਹ ਨਹੀਂ ਸੁਣਾਉਂਗੀ ਬਟ ਹਾਂ ਇੱਕ ਪੋਇਮ ਆ ਮੇਰੀ ਜਿਹੜੀ ਮੈਂ ਨਾ ਸ਼ੁਰੂਆਤ ਕੀਤੀ ਸੀ ਲਿਖਣ ਦੀ 2015 ਦੇ ਵਿੱਚ ਮੈਂ ਲਿਖੀ ਸੀ ਉਹ ਸੁਣਾਉਂਗੀ ਮੈਂ ਸਮਝ ਨਹੀਂ ਆ ਰਹੀ ਮੈਨੂੰ ਮੇਰੀ ਕਿੱਧਰ ਹੈ ਮੰਜ਼ਿਲ ਮੇਰੀ ਰੋਂਦੀ ਅੱਖੀਆਂ ਨਾਲ ਲਿਖ ਰਹੀ ਹਾਂ ਦਿਲ 'ਚ ਕਿਸੇ ਨੂੰ ਕੋਸ ਰਹੀ ਹਾਂ ਮਿਹਨਤ ਕਰਦੀ ਮੈਂ ਥੱਕਦੀ ਨਹੀਂ ਬਟ ਕਾਮਯਾਬੀ ਕਦੀ ਮਿਲਦੀ ਨਹੀਂ ਮੰਨੂ ਹਾਂ ਸਮਝਾਂਦੀ ਬਹੁਤ ਪਰ ਕਿਸਮਤ ਐ ਮਜ਼ਾਕ ਕਰਨੋਂ ਕਦੀ ਹਟਦੀ ਨਹੀਂ ਸਮਝ ਨਹੀਂ ਆ ਰਹੀ ਮੈਨੂੰ ਮੇਰੀ ਕਿੱਧਰ ਐ ਮੰਜ਼ਿਲ ਮੇਰੀ ਰਹਿਂਦੇ ਦਿਲਾਂ ਤੂੰ ਵਿਸ਼ਵਾਸ ਕਰਨਾ ਛੱਡ ਦੇ ਯਕੀਨ ਤੂੰ ਸਭ ਤੇ ਜਦ ਲੋਕ ਬਦਲ ਜਾਂਦੇ ਨੇ ਫਿਰ ਕਿਸਮਤ ਵੀ ਬਦਲ ਜਾਊ ਤੇਰੀ ਵਸਤੂ ਮਿਹਨਤ ਕਰਦੀ ਰਹਿ ਤੂੰ ਬਾਣੀ ਰੱਬ ਨੇ ਲਿਖੀ ਐ ਤੇਰੀ ਕਹਾਣੀ ਸੋਚ ਲੈ ਤੂੰ ਇਸੇ ਸਾਲ ਹਟਣਾ ਨਹੀਂ ਤੂੰ ਮਿਹਨਤ ਕਰਨੋ ਛੱਡਣਾ ਨਹੀਂ ਤੂੰ ਸਹਿਨਸ਼ੀਲਤਾ ਦਾ ਸਾਥ ਫਿਰ ਦੇਖੀਂ ਮਿਲ ਜਾਊਗੀ ਤੈਨੂੰ ਮੰਜ਼ਿਲ ਤੇਰੀ ਸਮਝ ਆ ਜਾਊਗੀ ਦੁਨੀਆ ਨੂੰ ਤੇਰੀ ਇਸ ਸਟੋਰੀ ਨੂੰ ਤੁਸੀਂ ਵਾਇਰਲ ਕਿਵੇਂ ਕੀਤਾ ਸੀ ਜੋ ਲਿਖਿਆ ਸੀ ਉਸ ਤੋਂ ਬਾਅਦ ਕਿਵੇਂ ਫੇਸਬੁੱਕ ਦੇ ਉੱਪਰ WhatsApp ਦੇ ਉੱਪਰ ਕਿਵੇਂ ਪੀਮਸ ਕਿਵੇਂ ਹੋ ਸੀਗਾ ਯਾ ਮੈਂ ਮਤਲਬ ਕੋਈ ਐਫਰਟ ਨਹੀਂ ਕੀਤਾ ਵਾਇਰਲ ਹੋਣ ਲਈ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਬਸ ਨਾ ਤੁਹਾਨੂੰ ਮੈਂ ਸੱਚੀ ਦੱਸਾਂ ਮੈਂ ਕੋਈ ਵੀ ਚੀਜ਼ ਅਪਲੋਡ ਕਰਦੀ ਆ ਨਾ ਅਪਲੋਡ ਕਰਨ ਤੋਂ ਬਾਅਦ ਮੈਂ ਸਿਰਫ ਇੱਕੋ ਹੀ ਚੀਜ਼ ਬੋਲਦੀ ਆ ਹੱਥ ਜੋੜ ਕੇ ਰੱਬ ਅੱਗੇ ਮੈਂ ਨਹੀਂ ਦੇਖਦੀ ਮੈਂ ਗੁਰਦੁਆਰੇ ਆ ਮੈਂ ਕਿਤੇ ਵੀ ਆ ਪ੍ਰਭ ਡੋਰੀ ਹੱਥ ਤੁਹਾਾਰੇ ਪਰ ਪਤਾ ਨਹੀਂ ਕਿਉਂ ਆਪਣੇ ਆਪ ਹੋ ਜਾਂਦਾ ਮੈਨੂੰ ਹਾਂ ਥੋੜੇ ਐਫਰਟ ਕਰਨੇ ਪੈਂਦੇ ਆ ਇਹ ਨਹੀਂ ਕਿ ਮੈਂ ਐਫਰਟ ਨਹੀਂ ਕਰਦੀ ਮੈਂ ਕੰਟੈਂਟ ਤੇ ਬਹੁਤ ਮਿਹਨਤ ਕਰਦੀ ਆ ਮੈਨੂੰ ਜਦੋਂ ਮੇਰਾ ਕੰਟੈਂਟ ਨਹੀਂ ਚੱਲਦਾ ਇੰਸਟਾਗ੍ਰam ਤੇ ਪਹਿਲੇ ਮੇਰੀਆਂ ਰੀਲਸ ਨਹੀਂ ਸੀ ਚਲਦੀਆਂ ਤੇ ਤੁਸੀਂ ਬਿਲੀਵ ਨਹੀਂ ਕਰੋਗੇ ਮੈਨੂੰ ਰਾਤੀ ਨੀਂਦ ਨਹੀਂ ਸੀ ਆਂਦੀ ਮੈਂ ਮਤਲਬ ਇੰਸਟਾ ਦੇਖਦੀ ਦੇਖਦੀ ਨਾ ਰੋ ਪੈਣਾ ਕਿ ਹੇ ਯਾਰ ਮੇਰਾ ਕੰਟੈਂਟ ਨਹੀਂ ਚੱਲਦਾ ਪਿਆ ਕੀ ਕਮੀ ਹੈ ਬਾਕੀਆਂ ਨੂੰ ਦੇਖੀ ਜਾਣਾ ਬਾਕੀਆਂ ਦੇ ਵਿਊਜ਼ ਦੇਖੀ ਜਾਣੇ ਮੈਨੂੰ ਇਦਾਂ ਲੱਗਣਾ ਕਿ ਸ਼ਾਇਦ ਮੈਂ ਕੈਪੇਬਲ ਨਹੀਂ ਆ ਇਸ ਚੀਜ਼ ਲਈ ਬਟ ਫਿਰ ਪਤਾ ਕੀ ਹੁੰਦਾ ਆ ਜਦੋਂ ਤੁਹਾਨੂੰ ਇੱਕ ਜੰਗ ਲੜਨੀ ਪੈਂਦੀ ਆ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਲਈ ਇਹ ਮੈਨੂੰ ਹੀ ਨਹੀਂ ਇਹ ਮੈਨੂੰ ਲੱਗਦਾ ਹੈ ਕਿ ਹਰ ਆਰ ਜੇ ਲੜਦਾ ਆ ਮੈਂ ਅੱਜ ਲੰਦਰ ਚ ਲੜ ਰਹੀ ਆ ਮੇਰੇ ਫਰੈਂਡਸ ਨੇ ਚੰਡੀਗੜ੍ਹ ਉਹ ਆਪਣੀ ਜਰਨੀ ਲਈ ਫਾਈਟ ਕਰ ਰਹੇ ਨੇ ਇਹ ਸਾਰੇ ਕੰਟੈਂਟ ਕ੍ਰੀਏਟਰਸ ਦੀ ਕਹਾਣੀ ਹੈ ਤੇ ਮੈਂ ਕਹਿੰਨੀ ਆ ਸਾਰੇ ਫਿਲਮ ਮੇਕਰਸ ਦੀ ਵੀ ਕਹਾਣੀ ਹੈ ਅਸੀਂ ਇੱਕ ਰੀਲ ਤੇ ਇਨਵੈਸਟ ਕਰਦੇ ਆ ਉਹ ਇੱਕ ਫਿਲਮ ਤੇ ਇਨਵੈਸਟ ਕਰਦੇ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਸਾਲ ਸਾਲ ਲਗਾਉਂਦੇ ਆ ਫਿਲਮ ਬਣਾਉਣ ਨੂੰ ਪਬਲਿਕ ਇੱਕ ਦਿਨ ਚ ਦੱਸ ਦਿੰਦਿਆ ਹਾਂਜੀ ਨਹੀਂ ਵਧੀਆ ਲੱਗੀ ਹਾਂਜੀ ਵਧੀਆ ਲੱਗੀ ਨਹੀਂ ਵਧੀਆ ਲੱਗੀ ਬਾਕਸ ਆਫਿਸ ਕਲੈਕਸ਼ਨ ਦੱਸ ਦਿੰਦਾ ਬਟ ਇੱਕ ਚੀਜ਼ ਹੈ ਤੁਸੀਂ মুਵੀਜ਼ ਐਂਡ ਰੀਲਸ ਦੋਨਾਂ ਨੂੰ ਜੇ ਕੰਪੈਰੀਜ਼ਨ ਕਰੋ ਹਮੇਸ਼ਾ ਮੈਂ ਇਹ ਚੀਜ਼ ਬਿਲੀਵ ਕਰਦੀ ਆ ਜਿਹੜੀ ਚੰਗੀ ਚੀਜ਼ ਹੁੰਦੀ ਆ ਨਾ ਬਹੁਤ ਵਧੀਆ ਚੀਜ਼ ਹੁੰਦੀ ਆ ਉਹ ਲੋਕ ਬਹੁਤ ਘੱਟ ਦੇਖਦੇ ਆ ਉਹ ਚੀਜ਼ ਹੈ ਹੁਣ ਮੈਨੂੰ ਦੱਸੋ ਸਾਡੀ ਪੰਜਾਬੀ ਇੰਡਸਟਰੀ ਦੀ ਫਿਲਮ ਹੈ ਹਰ ਜੀਤਾ ਮੈਨੂੰ ਪਰਸਨਲੀ ਬਹੁਤ ਫੇਵਰੇਟ ਫਿਲਮ ਹੈ ਉਹ ਮੇਰਾ ਫਰੈਂਡ ਅਹਰਜੀਤਾਂ ਉਹਦੀ ਬਾਇਓਗ੍ਰਾਫੀ ਆ ਮੈਂ ਜਦੋਂ ਦੇਖਦੀ ਆ ਨਾ ਮੈਨੂੰ ਮੋਟੀਵੇਸ਼ਨ ਮਿਲਦੀ ਆ ਬਟ ਉਹਦਾ ਬਾਕਸ ਆਫਿਸ ਕਲੈਕਸ਼ਨ ਤੁਸੀਂ ਦੇਖ ਲਓ ਨਾ ਜ਼ਿਆਦਾ ਨਹੀਂ ਵਧੀਆ ਉਹਨੂੰ ਫਲॉप ਫਿਲਮ ਮੰਨਿਆ ਗਿਆ ਜਦ ਕਿ ਉਹ ਨੈਸ਼ਨਲ ਅਵਾਰਡ winner ਫਿਲਮ ਹੈ ਜਿਵੇਂ ਜਿੱਕਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਤੁਹਾਨੂੰ ਜਦੋਂ ਤੁਹਾਡੀਆਂ ਰੀਲਸ ਨਹੀਂ ਚੱਲਦੀਆਂ ਮਨ ਦੁਖੀ ਹੁੰਦਾ ਸੀਗਾ ਸਟਾਫ ਦੇ ਵਿੱਚ ਤੁਹਾਡੇ ਹੋਰ ਵੀ ਮੈਂਬਰ ਹੋਣਗੇ ਤੁਹਾਡੀਆਂ ਰੀਲਸਰ ਦੇਖ ਕੇ ਉਹ ਇੱਥੇ ਫਿਰ ਪਰੇਸ਼ਾਨ ਹੋਦੇ ਹੋਣਗੇ ਕਿ ਸਾਡੀਆਂ ਰੀਲਸ ਵਾਇਰਲ ਹੁੰਦੀਆਂ ਆਰ ਜੇ ਬਣੀਆਂ ਸਾਰੀਆਂ ਵੀਡੀਓ ਵਾਇਰਲ ਨਹੀਂ ਹੁੰਦੀਆਂ ਨਹੀਂ ਐਦਾਂ ਤਾਂ ਕੋਈ ਚੀਜ਼ ਨਹੀਂ ਆ ਮਤਲਬ ਦੇਖੋ ਇਹ ਚੀਜ਼ ਹੁੰਦੀ ਆ ਹੁਣ ਅਸੀਂ ਸਾਰੇ ਇੱਕੋ ਬੋਟ ਦੇ ਵਿੱਚ ਸਵਾਰ ਆ ਅਸੀਂ ਸਾਰਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ ਹਰ ਇੱਕ ਦੀ ਆਪਣੀ ਜਰਨੀ ਆ ਇਹ ਪੰਜ ਉਂਗਲਾਂ ਕਦੇ ਬਰਾਬਰ ਨਹੀਂ ਆ ਕਿਸੇ ਆਰ ਜੇ ਦੇ ਵਿੱਚ ਕੁਝ ਚੰਗਾ ਹੋਊਗਾ ਕਿਸੇ ਆਰ ਜੇ ਦੇ ਵਿੱਚ ਕੁਝ ਚੰਗਾ ਹੋਊਗਾ ਜ਼ਰੂਰੀ ਨਹੀਂ ਆ ਕਿ ਹਰ ਇੱਕ ਇਕੁਅਲ ਆ ਜੇ ਮੈਂ ਕਹਨੀ ਆ 왓 ਡਿਡ ਮੀਨਸ ਯਾਰ ਹੁਣ ਦੇਖੋ ਤੁਸੀਂ ਜੇ ਇੰਸਟਾਗ੍ਰam ਦੀ ਗੱਲ ਕਰੋ ਜਾਂ ਇੰਟਰਨੈਟ ਦੀ ਗੱਲ ਕਰੋ ਹਰਮਨ ਸੀਮਾ ਐਂਡ ਇਹੇ ਡਿੰਚਕ ਪੂਜਾ ਇਹਨਾਂ ਦਾ ਕੰਟੈਂਟ ਕਿਤੇ ਬਹੁਤ ਜ਼ਿਆਦਾ ਵਧੀਆ ਬਟ ਫਿਰ ਵੀ ਵਾਇਰਲ ਹਨ ਵਾਇਰਲ ਹਨ ਨਾ ਉੱਥੇ ਹੀ ਤੁਸੀਂ ਇੱਕ ਬੁੱਲੇ ਸ਼ਾਹ ਦਾ ਪੇਜ ਬਣਾਓ ਉਹਦੀਆਂ ਸਿਆਣੀਆਂ ਗੱਲਾਂ ਕਿੰਨੇ ਲੋਕਾਂ ਨੇ ਦੇਖਣੀਆਂ ਉਹ ਚੀਜ਼ ਹੈ ਹੁਣ ਤੁਸੀਂ ਲਾਈਵ ਐਗਜ਼ਾਮਪਲ ਤੁਹਾਨੂੰ ਮੈਂ ਦੱਸਦੀ ਆਂ ਨੀਹਾ ਕੱਕੜ ਲੈਜੈਂਡ ਆਜ ਹਨਾ ਫੇਮਸ ਹੈ ਉਹਦੇ ਤੁਸੀਂ ਇੰਸਟਾ ਫਾਲੋਅਰਸ ਦੇਖ ਲਓ ਲਤਾ ਮੰਗੇਸ਼ਕਰ ਜੇ ਉਹ ਸ਼ਾਇਦ ਸਿੰਗਰ ਨਾ ਬਣਦੀ ਥੈਟ ਟਾਈਮ ਤੇ ਤਾਂ ਸ਼ਾਇਦ ਕੋਈ ਵੀ ਕੁੜੀ ਸਿੰਗਰ ਨਾ ਬਣਦੀ ਹਨ ਇੱਕ ਸੁਪਰਸਟਾਰ ਗਿਣਿਆ ਜਾਂਦਾ ਉਹਨਾਂ ਦੇ ਇਨਸਟਾ ਵੀوز ਦੇਖ ਲਓ ਇਨਸਟਾ ਫੋਲੋਅਰਸ ਦੇਖ ਲਓ ਥੈਟ ਡਸ ਨੋਟ ਮੀਨਸ ਕਿ ਜੇ ਕਿਸੇ ਦੇ ਫੋਲੋਅਰ ਨਹੀਂ ਆ ਵੀوز ਨਹੀਂ ਆ ਤੇ ਉਹਦੀ ਕੈਪੇਬਿਲਿਟੀ ਨਹੀਂ ਆ ਕੈਪੇਬਲ ਸਾਰੇ ਨੇ ਇਸ ਦੁਨੀਆ ਤੇ ਹਰ ਕੋਈ ਕੈਪੇਬਲ ਆ ਬਸ ਮੇਰੇ ਮੰਮਾ ਕਹਿੰਦੇ ਹੁੰਦੇ ਆ ਇੱਕ ਘਰ ਦੀ ਜੇ ਅਸੀਂ ਐਗਜ਼ਾਮਪਲ ਲਈ ਹੈ ਜੇ ਇੱਕ ਕਿਸੇ ਨੇ ਵੱਡਾ ਘਰ ਬਣਾਉਣਾ ਹੋਵੇ ਨਾ ਉਹਨੂੰ ਜ਼ਿਆਦਾ ਟਾਈਮ ਲੱਗੂਗਾ ਦੋ ਮਰਲੇ ਦੀ ਕੋਠੀ ਇੱਕ ਮਹੀਨੇ ਚ ਬਣ ਜੂਗੀ ਜੇ ਕਿਸੇ ਦਾ ਵਿਲਾ ਬਣਾ ਉਹਨੂੰ ਟਾਈਮ ਲੱਗੂਗਾ ਹੋ ਸਕਦਾ ਹੈ ਕਿ ਅਸੀਂ ਸਾਡਾ ਵਿਲਾ ਬਨ ਰਿਹਾ ਯਾ ਰੱਬ ਬਣਾ ਰਿਹਾ ਯਾ ਤੇ ਅਸੀਂ ਦੋ ਮਰਲੇ ਦੀ ਕੋਠੀ ਬਣਦੀ ਦੇਖ ਕੇ ਸੜਦੇ ਪਿਆ ਕਿ ਯਾਰ ਸਾਡਾ ਕਿਉਂ ਨਹੀਂ ਬਣੇ ਇਸ ਵੇਲੇ ਦੇਖ ਕੇ ਕਿ ਜ਼ਿਆਦਾਤਰ ਆਪਣੇ ਆਪ ਨੂੰ ਪਰੇਸ਼ਾਨੀ ਹੁੰਦੀ ਹੈਗਾ ਆਪਦਾ ਕੰਮ ਕਰਨ ਦੀ ਕੋਸ਼ਿਸ਼ ਕਰ ਦੂ ਦੂਸਰੇ ਨਾਲ ਬਿਲਕੁਲ ਮੈਂ ਮਤਲਬ 83 ਮੂਵੀ ਦੇਖ ਰਹੀ ਸੀ ਦੋ ਦਿਨ ਪਹਿਲਾਂ ਫੈਮਲੀ ਨਾਲ ਉਹਦੇ ਵਿੱਚ ਇੱਕ ਗੱਲ ਕਹੀ ਹੋਈ ਆ ਕਿ ਜੇ ਤੁਸੀਂ ਦੂਜੇ ਨੂੰ ਹੈਰਾਨ ਦੇ ਲਈ ਮਿਹਨਤ ਕਰੋਗੇ ਨਾ ਤੇ ਉਹ ਚੀਜ਼ ਸাকਸੈਸਫੁਲੀ ਹੋਣੀ ਜਦੋਂ ਤੁਸੀਂ ਖੁਦ ਨੂੰ ਜਿਤਾਉਣ ਦੀ ਕੋਸ਼ਿਸ਼ ਕਰੋਗੇ ਐਫਰਟ ਕਰੋਗੇ ਫਿਰ ਤੁਸੀਂ ਅੱਗੇ ਵਧੋਗੇ ਸੋ ਮੈਂ ਇਹੀ ਬਲੀਵ ਕਰਦੀ ਆ ਹਾਂ ਮੇਰੇ ਚ ਸੀ ਆ ਚੀਜ਼ ਕਿ ਮੈਂ ਅੱਗੇ ਨਿਕਲਣਾ ਮੈਨੂੰ ਪਾਰ ਕਰਨਾ ਮੈਨੂੰ ਉਹਨੂੰ ਪਾਰ ਕਰਨਾ ਹੁੰਨੀ ਆ ਮੇਰੇ ਤੇ ਚੀਜ਼ ਜਿੰਨਾ ਜਿੰਨਾ ਕਿਹੜੀ ਚੀਜ਼ ਲਿਖਦੇ ਤੁਸੀਂ ਅਜੇ ਤੱਕ ਤੁਹਾਡੇ ਜਿਆਦਾ ਤੁਹਾਡੇ ਮਨ ਨੂੰ ਸਕੂਨ ਦਵਾ ਕੇ ਇਹ ਚੀਜ਼ ਮੈਂ ਐਸੇ ਟੌਪਿਕ ਦੇ ਉੱਪਰ ਹੀ ਜਿਹੜੀ ਚੀਜ਼ ਲਿਖਣੀ ਆ ਮੈਨੂੰ ਕਹਾਣੀਆਂ ਆਸ-ਪਾਸ ਦੀਆਂ ਲਿਖਣੀਆਂ ਬਹੁਤ ਪਸੰਦ ਆ ਬਹੁਤ ਜ਼ਿਆਦਾ ਮੈਂ ਮਤਲਬ ਤੁਸੀਂ ਮੈਂ ਕਿਸੇ ਤੱਕ ਹੈਗੇ ਹਾਂਜੀ ਟੂਰਲ ਕਿੱਥੋਂ ਤੱਕ ਘੁੰਮੇ ਹੈਗੇ ਟੋਟਲੀ ਜੇਕਰ ਪੰਜਾਬ ਦੀ ਗੱਲ ਕਰ ਲਈਏ ਮੈਂ ਮਤਲਬ ਜੇ ਘੁੰਮੀ ਬਹੁਤ ਘੱਟ ਮੈਂ ਮੈਂ ਜ਼ਿਆਦਾ ਨਹੀਂ ਘੁੰਮੀ ਮੈਂ ਅੰਮ੍ਰਿਤਸਰ ਗਈ ਹੁਈ ਆ ਪਟਿਆਲੇ ਗਈ ਹੁਈ ਆ ਮਤਲਬ ਪੰਜਾਬ ਓਵਰਆਲ ਦੇਖਿਆ ਹੋਇਆ ਮੈਂ ਬਟ ਮੈਂ ਘੁੰਮਦੀ ਲੱਗੇ ਲੱਗੇ ਲੋਕਲ ਫਿਰ ਇਥੋਂ ਤੱਕ ਲਿਖ ਦਿੱਸ ਪਈ ਹਾਂ ਇੱਥੇ ਦੇ ਲੋਕਾਂ ਨੂੰ ਅਬਜ਼ਰਵ ਕਰਕੇ ਹੁਣ ਮੈਂ ਇੱਕ ਕਹਾਣੀ ਸੋਚਦੀ ਪਈ ਸੀ ਪੂ ਆਪੂ ਭਤੀਜੀ ਦੀ ਕਹਾਣੀ ਕੁਛ ਇਦਾਂ ਦੀ ਸੀ ਕਿ ਲਾਈਕ ਕਹਾਵਤ ਹੈ ਨਾ ਸਾਡੇ ਪੰਜਾਬ ਚ ਮਾਮਾ ਧੀ ਆਪੂ ਆਪੂ ਭਤੀਜੀ ਇੱਕੋ ਜਾਂਤ ਮੈਂ ਨਾ ਮਤਲਬ ਰੀਸੈਂਟਲੀ ਵਿਆਹ ਅਟੈਂਡ ਕੀਤਾ ਇੱਕ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਸੀ ਅੱਛਾ ਅਸੀਂ ਨਾ ਮਹਿੰਦੀ ਲਗਵਾ ਰਹੀ ਸੀਗੇ ਤੇ ਕੀਪਾ ਥੋੜੀਆਂ ਪੈ ਗਈਆਂ ਜਿਹੜੀ ਮੇਰੀ ਮਾਸੀ ਦੀ ਭਨੇਰੀਆਂ ਮਤਲਬ ਮੇਰੇ ਮਾਮੇ ਦੀ ਕੁੜੀ ਆ ਨਾ ਉਨੇ ਜੇਬ ਚ ਨਾ ਕੀਪ ਪਾ ਕੇ ਰੱਖੀ ਹੋਈ ਸੀ ਇੱਕ ਤੇ ਅਸੀਂ ਨੋਟਿਸ ਕਰੀ ਜਗੇ ਮੈਂ ਕਿਹਾ ਹੁਨਕੜ ਦੀ ਹੁਨਕੜ ਦੀ ਮੈਂ ਉਹਨੂੰ ਕਿਹਾ ਮੈਂ ਕਿਹਾ ਜਸ਼ਨ ਤੂੰ ਕੱਢਦੀ ਕਿਉਂ ਨਹੀਂ ਪਈ ਕਹਿੰਦੀ ਨਹੀਂ ਮੈਂ ਨਹੀਂ ਕੱਢਣੀ ਸ਼ਰਾਰਤੀ ਜੀ ਕਰੀ ਜਾਵੇ ਕਰੀ ਜਾਵੇ ਮੈਨੂੰ ਲੱਗਿਆ ਸ਼ਾਇਦ ਇਹਨੇ ਆਪ ਮਹਿੰਦੀ ਲਗਵਾਣੀ ਹੋਣੀ ਤਾਂ ਇਹਨੇ ਕੀਪ ਸਾਹਮਣੇ ਰੱਖੀ ਹੋਈ ਆ ਨਹੀਂ ਸਾਰਿਆਂ ਨੇ ਮਹਿੰਦੀ ਲੱਗ ਗਈ ਜਦੋਂ ਉਹਦੀ ਭੂਆ ਦੇ ਮਹਿੰਦੀ ਲੱਗਣ ਲੱਗੀ ਨਾ ਤੇ ਕੀਪ ਲੱਭਦੀ ਨਹੀਂ ਪਈ ਸੀ ਉਹਨੇ ਨਾ ਜਾ ਕੇ ਆਪਣੀ ਭੈਣ ਨੂੰ ਫੜਾਤੀ ਕਿ ਆ ਮੈਂ ਭੂਆ ਲਈ ਸਾਹਮਣੇ ਰੱਖੀ ਸੀ ਮੈਨੂੰ ਉਹ ਚੀਜ਼ ਇੰਨੀ ਵਧੀਆ ਲੱਗੀ ਕਿ ਇੱਕ ਨੌਵੀਂ ਕਲਾਸ ਪੜਨ ਵਾਲੀ ਕੁੜੀ ਆਪਣੀ ਭੂਆ ਬਾਰੇ ਸੋਚ ਰਹੀ ਆ ਮਤਲਬ ਇਹ ਫਿਰ ਉਸ ਟਾਈਮ ਤੇ ਐਗਜ਼ਾਮਪਲ ਸੈੱਟ ਹੋ ਗਈ ਨਾ ਮਾਵਾ ਤੇ ਆਪੋ ਆਪੂ ਆਪਣੀ ਜੀ ਕੋ ਜਾਤੇ ਧੀ ਵੀ ਇੱਕ ਤਰੀਕੇ ਨਾਲ ਰਿਸਪੌਂਸਿਬਿਲਟੀ ਮੈਂ ਕਹਿੰਨੀ ਆ ਚੇਂਜ ਹੋ ਜਾਂਦੀ ਆ ਆਫਟਰ ਮੈਰਿਜ ਆਫਟਰ ਚਾਈਲਡ ਉਨੂੰ ਧੀ ਦਾ ਫਰਜ਼ ਨਿਭਾਉਣਾ ਪੈਂਦਾ ਆ ਬਟ ਜਿਵੇਂ ਹੁੰਦਾ ਆ ਕਿ ਇੱਕ ਔਲਾਦ ਆ ਜਾਂਦੀ ਏ ਜ਼ਿੰਦਗੀ ਚ ਫਿਰ ਉਹ ਟਾਈਮ ਡਿਵਾਈਡ ਹੋ ਜਾਂਦਾ ਧੀ ਉਹ ਨਿਕ ਆਪ ਮਾਂ ਐ ਬਟ ਇੱਕ ਪਤੀ ਜੀ ਜਿਹੜੀ ਆ ਨਾ ਉਹ ਭਾਵੇਂ ਮਾਂ ਵੀ ਬਣ ਜੇ ਦਾਦੀ ਵੀ ਬਣ ਜੇ ਮਟੋ ਭੂਆ ਦਾ ਜ਼ਰੂਰ ਸੋਚਦੀ ਐ ਜਦੋਂ ਆਪਾਂ ਆਸ-ਪਾਸ ਚ ਜਾ ਜਾਂਦੇ ਆ ਰਿਸ਼ਤਦਾਰਾਂ ਦੇ ਵਿੱਚ ਜਾਂਦੇ ਆ ਕਈ ਵਾਰੀ ਜਿਹੜੀ ਰਾਈਟਰ ਹੁੰਦੀ ਨਾ ਇਹਨਾਂ ਦੀ ਲਾਈਫ ਕਿਵੇਂ ਦੀ ਹੁੰਦੀ ਆ ਦੂਸਰਿਆਂ ਵੱਲ ਵੇਖ ਕੇ ਮੌਕੇ ਦੇ ਉੱਪਰ ਪੈਨ ਕਾਪੀ ਚੱਕ ਕੇ ਲਿਖਣਾ ਪੈਂਦੇ ਨੇ ਜਾਂ ਫਿਰ ਘਰ ਆ ਕੇ ਸੋਚਦੇ ਨੇ ਕਿਵੇਂ ਬਾਕੀ ਐ ਸੋਚਦੇ ਹੋ ਨਹੀਂ ਬੇਸਿਕਲੀ ਇੱਕ ਰਾਈਟਰ ਦੀ ਲਾਈਫ ਇਦਾਂ ਨਹੀਂ ਹੈ ਕਿ ਉਹ ਸਾਰਾ ਦਿਨ ਕਾਪੀ ਬੈਨ ਲੈ ਕੇ ਲੇਕਦੇ ਰਹਿੰਦੇ ਮੈਂ ਜੇ ਕਿਤੇ ਵਿਆਹ ਤੇ ਕਾਪੀ ਪੈ ਲੈ ਜਾ ਮੇਰੇ ਤਾਂ ਘਰ ਜਦੋਂ ਉੱਥੇ ਫਾੜ ਦੇਣਾ ਆ ਕੀ ਚੱਕ ਲਈਆਂ ਸਾਈਡ ਤੇ ਕਰ ਦੇ ਨਹੀਂ ਇੱਕ ਰਾਈਟਰ ਉਹ ਹੁੰਦਾ ਹੈ ਜਿਹੜਾ ਨਾ ਹਰ ਇੱਕ ਸਿਚੁਏਸ਼ਨ ਨੂੰ ਫੀਲ ਕਰੇ ਰੱਜ ਕੇ ਨੇ ਚੋੜ ਲਵੇ ਇਹ ਮੂਮੈਂਟਸ ਨੂੰ ਫਿਰ ਉਹ ਮੂਮੈਂਟਸ ਨੂੰ ਅਪ ਪਨੇ ਸੋਚ ਕੇ ਲਿਖੇ ਮੈਂ ਤਾਂ ਤੁਹਾਨੂੰ ਦੱਸਾਂ ਮੇਰੇ ਨਾਲ ਕਈ ਵਾਰੀ ਇਦਾਂ ਹੋਇਆ ਮੈਂ ਜਿਵੇਂ ਹਾਂ ਅਰਜਿੰਗ ਦੇ ਨਾਲ ਨਾਲ ਹੁਣ ਪੋਡਕਾਸਟਿੰਗ ਵੀ ਕਰਦੀ ਆ ਮਿਰਚੀ ਲਈ ਮੈਂ ਪੋਡਕਾਸਟ ਬਣਾਇਆ ਹਜੇ ਮਿਰਚੀ ਆਪ ਜਿਹੜੀ ਆ ਫੋਰਨ ਦੇ ਵਿੱਚ ਆ ਜਦੋਂ ਇੰਡੀਆ ਚ ਲਾਂਚ ਹੋਈ ਤਾਂ ਤੁਹਾਨੂੰ ਮੇਰੇ ਪੋਡਕਾਸਟ ਵੀ ਸੁਣਨ ਨੂੰ ਮਿਲਣਗੇ ਉੱਥੇ ਤੇ ਮੈਂ ਜਦੋਂ ਕੋਈ ਵਾਰ ਰਿਕਾਰਡ ਕਰਦੀ ਹੁੰਦੀ ਹਣੀ ਆ ਨਾ ਮੈਂ ਮੰਨ ਲਓ ਕਹਾਣੀ ਲਿਖੀ ਹੋਈ ਆ 3 ਐਪੀਸੋਡ ਸੀ ਮੈਂ ਜਾ ਕੇ ਬੋਲਣਾ ਸਟਾਰਟ ਕਰਾਂਗੀ ਨਾ ਮੇਰੇ ਮਾਈਂਡ ਚ ਕੁਝ ਹੋਰ ਥੌਟ ਆ ਜਾਊਗਾ ਉਹ ਐਪੀਸੋਡ ਕਹਾਣੀ ਉੱਥੇ ਬਦਲ ਜਾਊਗੀ ਤੇ ਉਹ ਥਾਟ ਕਈ ਵਾਰ ਮੈਨੂੰ ਵਧੀਆ ਲੱਗਦਾ ਜਿਹੜਾ ਮਾਈਕ ਦੇ ਸਾਹਮਣੇ ਆਂਦਾ। ਸੋ ਮੈਨੂੰ ਲੱਗਦਾ ਕਿ ਇਹ ਆ ਰਾਈਟਿੰਗ ਦਾ ਪ੍ਰੋਸੈਸ। ਇਹ ਨਹੀਂ ਕਿ ਮਤਲਬ ਕਾਪੀ ਪੈਨ ਹਾਂ ਇਹਨੇ ਆ ਲਿਖਿਆ ਨੇ ਉਹ ਲਿਖਿਆ ਦਾ ਕੁਝ ਨਹੀਂ ਹੁੰਦਾ। ਨਾ ਤਾਂ ਜਿਹੜੀ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਸਟੂਡੀਓ ਵਾਲੀ ਜਿਹੜੀ ਵੀਡੀਓ ਸੀਗੀ ਜਿਸ ਤੇ ਤੁਹਾਨੂੰ ਜਿਆਦਾ ਵਿਊ ਕਿਉਂਕਿ ਮੈਂ ਤੁਹਾਨੂੰ ਅਟੈਂਸ਼ਨ ਹੁੰਦੀ ਸੀ ਵੀਊ ਨਹੀਂ ਆਉਂਦੇ ਜਦੋਂ ਸਭ ਤੋਂ ਜਿਆਦਾ ਵੀਊ ਕਿਹੜੀ ਵੀਡੀਓ ਸੀ ਜਿਹੜੀ ਤੁਹਾਡੀ ਸਟੂਡੀਓ ਦੀ ਸੀ। ओके रील वाला लव जदों स्टार्ट ਕੀਤਾ بیسیکਲੀ आई विल थैंक माय टू बॉसेस आदित्य दत्ता एंड नितिन गुप्ता जे ए दोनो ना ਹੁੰਦੇ ਸੀਰੀਅਸਲੀ ਮੇਰਾ ਇੰਸਟਾਗ੍ਰam ਰੀਲ ਵਾਲਾ ਲਵ ਇਨਾ ਗਰੋ ਨਹੀਂ ਕਰਨਾ ਸੀ ਇੰਨੀ ਜ਼ਿਆਦਾ ਐਪਰੀਸ਼ੀਏਸ਼ਨ ਨਹੀਂ ਮਿਲਨੀ ਸੀ ਮੈਨੂੰ थैंक यू ਸੀਰੀਅਸਲੀ ਨਿਤਨ ਗੁਪਤਾ ਸਪੈਸ਼ਲ ਮੈਂਸ਼ਨ ਮੈਂ ਮਤਲਬ ਇੰਨੀ ਜ਼ਿਆਦਾ ਟੈਨਸ਼ਨ ਦੇ ਵਿੱਚ ਸੀ ਕਿ ਮੈਂ ਨਿਤਨ ਸਰ ਆਏ ਸਾਡੇ ਆਫਿਸ ਤੇ ਮੈਂ ਕਿਹਾ ਮੈਂ ਕਿਹਾ ਮੈਂ ਸੋਚਦੀ ਪਈ ਆ ਕਿ ਮੈਂ ਨਾ ਇੰਸਟਾਗ੍ਰam ਤੇ ਪੋਡਕਾਸਟਿੰਗ ਕਰਨੀ ਸ਼ੁਰੂ ਕਰਦਾ ਰੀਲਸ ਤੇ ਪੋਡਕਾਸਟਿੰਗ ਮਤਲਬ ਇੱਕ ਕਹਾਣੀ ਲਈ ਉਹਦੇ 10 ਐਪੀਸੋਡ ਸ਼ੁਰੂ ਕਰਤੇ ਉਹਦੀਆਂ 10 ਰੀਲ ਬਣਾ ਕੇ ਅਪਲੋਡ ਕਰਦੀਆਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਨਾ ਰੀਲ ਵਾਲਾ ਲਵ ਸ਼ੁਰੂ ਕਰ 30 ਸੈਕਿੰਡ ਚ ਸਟੋਰੀ ਕੰਪਲੀਟ ਠੀਕ ਆ ਮੈਂ ਕਿਹਾ ਸੋ ਮੈਂ ਉਹ ਕਰਨਾ ਸਟਾਰਟ ਕੀਤਾ ਜਿੱਥੇ ਮੈਨੂੰ 2-3 ਹਜ਼ਾਰ ਰੀਲ ਵਿਊਜ਼ ਆਉਂਦੇ ਸੀਗੇ ਇੱਕੋ ਪਹਿਲੀ ਵਾਲੀ ਤੇ 12 ਹਜ਼ਾਰ 13 ਹਜ਼ਾਰ ਸਮਥਿੰਗ ਆਏ ਮੈਨੂੰ ਖੁਸ਼ੀ ਹੋਈ ਹੈਨਾ ਫਿਰ ਉਸ ਤੋਂ ਬਾਅਦ 26 ਹਜ਼ਾਰ ਹੋਏ ਫਿਰ ਉਸ ਤੋਂ ਬਾਅਦ 50 ਹਜ਼ਾਰ ਹੋਏ ਫਿਰ ਲੱਖ ਹੋਇਆ ਹੁਣ ਡੇਢ ਲੱਖ ਹੋ ਗਿਆ ਫਿਰ ਉਹ ਜਦੋਂ ਉਹ ਐਫਰਟ ਕਰ ਰਹੀ ਸੀ ਮੈਂ ਸਾਰਾ ਸਾਰਾ ਦਿਨ ਸਟੋਰੀਜ਼ ਲਿਖੀ ਜਾਣੀਆਂ ਜਾ ਕੇ ਸਵੇਰੇ ਸ਼ੂਟ ਕਰਨਾ ਐਡੀਟਿੰਗ ਤੇ ਕੰਮ ਕਰਨਾ ਰੋਜ਼ ਪੋਸਟ ਕਰਨਾ ਆਪਣੇ ਆਪ ਹੀ ਹੁੰਦਾ ਸ਼ੁਰੂ ਹੋ ਗਿਆ ਆਈ نو ਹਜੇ ਮੈਂ ਮਿਲੀਅਨਸ 'ਚ ਨਹੀਂ ਪਹੁੰਚੀ ਬਟ ਫਿੰਗਰਸ ਕ੍ਰੋਸਡ ਹੁਣ ਜਦੋਂ ਮੈਨੂੰ ਮੈਸੇजेस ਆਉਂਦੇ ਆ ਕਿ ਤੇਰੀ ਸਟੋਰੀ ਦੇਖ ਕੇ ਸਕੂਨ ਮਿਲਦਾ ਆ ਮੈਂ ਮਤਲਬ ਸਾਰਾ ਦਿਨ ਅਫਸਰਟ ਸੀ ਜਦੋਂ ਰਾਤ ਨੂੰ ਤੇਰੀ ਆਵਾਜ਼ ਸੁਣਦਾ ਬੜੀ ਪਿਆਰੀ ਨੀਂਦ ਆਂਦੀ ਆ ਮੈਨੂੰ ਨਾ ਇਹ ਮਿਲੀਅਨ ਵਿਊਜ਼ ਤੋਂ ਕਿਤੇ ਬਹੁਤ ਵਧੀਆ ਲੱਗਦੇ ਆ ਈਵਨ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਉਸ ਚੀਜ਼ ਦੀ ਮਿਲਦੀ ਆ 노 ਡਾਊਟ ਮੈਂ ਹਜੇ ਬਾਕੀ ਹਜੇ ਨਹੀਂ ਪਪੂਲਰ ਨਹੀਂ ਹੋਵਾਂਗੀ ਬਟ ਇੱਕ ਮੈਸੇਜ ਆਇਆ ਅੱਜ ਮੈਂ ਆਪਣੀ ਬੇਟੀ ਦਾ ਨਾਮ ਤੁਹਾਡੇ ਨਾਮ ਤੋਂ ਰੱਖਿਆ ਫਿਰ ਮੈਨੂੰ ਲੱਗਦਾ ਕਿ ਉਹ ਕੰਪਲੀਮੈਂਟ ਕਿਸੇ ਭਾਰਤ ਰਤਨਾ ਕਿਸੇ ਵੱਡੇ ਅਵਾਰਡ ਤੋਂ ਘੱਟ ਨਹੀਂ ਆ ਕਿ ਕਿਸੇ ਨੇ ਆਪਣੀ ਧੀ ਦਾ ਨਾਮ ਮੇਰੇ ਨਾਮ ਤੋਂ ਰੱਖਿਆ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਨਹੀਂ ਟਿਕਟੌਕ ਚ ਬੰਦ ਰਹੇ ਹੋ ਪਹਿਲਾਂ ਨਹੀਂ ਬਿਲਕੁਲ ਨਹੀਂ ਮੈਂ ਟਿਕਟੌਕ ਕਿਉਂ ਚਲਾਇਆ ਤੁਸੀਂ ਜਿਸ ਤਰ੍ਹਾਂ ਤੁਸੀਂ ਵੀਊ ਦੀ ਗੱਲ ਕਰ ਰਹੇ ਹੋ ਜੇਕਰ ਟਿਕਟੌਕ ਚਲਾਦੇ ਹੁੰਦੇ ਕਈ ਵਾਰ ਤਾਂ ਕਾਫੀ ਜਿਹੜੇ ਮੈਂ ਟਿਕਟੌਕ ਸੀ ਅਸੀਂ ਸਟੋਰੀ ਕਰਕੇ ਆਏ ਆ ਉਹ ਕਹਿੰਦੇ ਜਦੋਂ ਬੰਦ ਹੋ ਗਿਆ ਟਿਕਟੌਕ ਸਾਨੂੰ ਇੱਕਦਮ ਤੇ ਇਨਾ ਪ੍ਰੋਬਲਮ ਆਈ ਜਿੱਦਾਂ ਕੋਈ ਮੰਨ ਲਓ ਇੱਕ ਪਰਿਵਾਰ ਤੋਂ ਚੀਜ਼ ਰਹਿੰਦਾ ਨਾ ਇਸ ਤਰ੍ਹਾਂ ਦੀ ਫੀਲਿੰਗ ਆਦੀ ਨਹੀਂ ਮੈਂ ਟਿਕਟੌਕ ਨਹੀਂ ਸੀ ਚਲਾਉਂਦੀ ਮੈਂ ਇੰਸਟਾ ਵੀ ਜ਼ਿਆਦਾ ਨਹੀਂ ਸੀ ਚਲਾਉਂਦੀ ਬੇਸਿਕਲੀ ਮੈਂ ਫੇਸਬੁੱਕ ਤੇ ਮੇਰੇ ਹੈਗੇ ਚੰਗੇ ਫਾਲੋਅਰਸ ਮੈਂ ਬਸ ਉਤੀ ਖੁਸ਼ ਸੀ ਮੈਨੂੰ ਇਨਸਟਾ ਰੀਲਸ ਦਾ ਕੋਈ ਸ਼ੌਂਕ ਵੀ ਨਹੀਂ ਸੀਗਾ ਬਟ ਹੁਣ ਮੇਰਾ ਪ੍ਰੋਫੈਸ਼ਨ ਹੈ ਹੁਣ ਮੈਂ ਪੂਰੀ ਤਰ੍ਹਾਂ ਆਕਤੇ ਵਾਂ ਹੁਣ ਰੀਲਸ ਪਾਣਾ ਵਧੀਆ ਕੰਟੈਂਟ ਪਾਣਾ ਉਹ ਮੇਰਾ ਹੁਣ ਕੰਮ ਬਣ ਚੁੱਕਿਆ ਦੋ ਚਾਰ ਰੀਲਾਂ ਸੁਣਾ ਕੇ ਹੁਣ ਜਰੂਰ ਤੁਹਾਡੇ ਕੋਲ ਕਿ ਜਿਹੜੀਆਂ ਸਟੂਡੀਓ ਚ ਬੋਲਦੇ ਹੋ ਉਹ ਸੇਮ ਉਸੇ ਤਰੀਕੇ ਨਾਲ ਇਸ ਪੰਜਾਬ ਟੂਰ ਪਰ ਦੇ ਦੇ ਹੋਰ ਸ਼ੋਰ 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 ਮੇਰੀ ਹੁਣ ਲੇਟੈਸਟ ਰੀਲ ਚੱਲ ਰਹੀ ਹੈ ਜੱਸੀ ਤੇ ਅਮਨ ਦੀ ਕਹਾਣੀ ਮੈਨੂੰ ਥੋੜਾ ਕੋਲਡ ਹੋਇਆ ਦਾ ਸੋ ਆਈ ਥੋਟ ਵੀ ਦੀ ਆਵਾਜ਼ ਤੇ ਕੋਈ ਜਜਮੈਂਟ ਨਹੀਂ ਪਾਸ ਕਰੇਗਾ ਮੈਚ ਅਪਡੇਟਸ ਦੇ ਦੇ ਕਿਉਂ ਜੋ ਦਰਸ਼ਕ ਦੇਖ ਰਹੇ ਹੋ ਨਾ ਕਮੈਂਟਸ ਸਾਰੇ ਦਫੇ ਰਹਾਂਗੇ ਹਾਂ ਇਹ ਕੋਈ ਕਮੈਂਟ ਨਹੀਂ ਕਰੂਗਾ ਕਿਉਂਕਿ ਇੱਥੇ ਆਵਾਜ਼ ਅਲੱਗ ਹੋਊਗੀ ਸਟੂਡੀਓ ਆਵਾਜ਼ ਅਲੱਗ ਹੁੰਦੀ ਆ YouTube ਸਮ ਗਲੇਕ ਦੀ ਖਰਾਬੀ ਕਾਰਨ ਕੁਛ ਐਫਰਟ ਖਰਾਬੀ ਹੋ ਸਕਦੀ ਆ ਬਟ ਆਈ ਵਿਲ ਟ੍ਰਾਈ ਟੂ ਡੂ ਮਾਈ ਬੈਸਟ ਜੱਸੀ ਤੇ ਅਮਨ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਬਟ ਦੋਨਾਂ ਦੇ ਸੁਭਾਅ ਇੱਕ ਦੂਜੇ ਤੋਂ ਬਿਲਕੁਲ ਹੀ ਅੱਧ ਸੀ ਜਸਸੀ ਸੀਗੀ ਹਰ ਗੱਲ ਤੇ ਫਿਕਰ ਕਰਨ ਵਾਲੀ ਤੇ ਅਮਨ ਸੀ ਬਿਲਕੁਲ ਬੇਪਰਵਾਹ ਜਸਸੀ ਹਰ ਗੱਲ ਤੇ ਉਹਨੂੰ ਫੋਨ ਕਰਦੀ ਕਿੱਥੇ ਹੋ ਕੀ ਕਰਦੇ ਪਿਓ ਅਮਨ ਨੇ ਇੱਕ ਦਿਨ ਖਿੱਚ ਕੇ ਕਹਿ ਦਿੱਤਾ ਯਾਰ ਤੂੰ ਨਾ ਬੜੀ ਚਿਪਕੂ ਚੀਜ਼ ਆ ਮੈਂ ਨਹੀਂ ਤੇਰੇ ਨਾਲ ਗੱਲ ਕਰਨੀ ਉਸ ਤੋਂ ਬਾਅਦ ਦੋਨਾਂ ਦੀ ਤਿੰਨ ਦਿਨ ਗੱਲ ਨਹੀਂ ਹੋਈ ਅਮਨ ਦੀ ਅਚਾਨਕ ਤਬੀਅਤ ਖਰਾਬ ਹੁੰਦੀ ਹੈ ਤੇ ਉਹਨੂੰ ਪਤਾ ਲੱਗਦਾ ਕਿ ਉਹਨੂੰ ਕੈਂਸਰ ਹੈ ਉਹ ਉਸ ਦਿਨ ਜਸਸੀ ਨੂੰ ਮਨਾਉਣ ਚੱਲਿਆ ਹੀ ਹੁੰਦਾ ਕਿ ਉਹਨੂੰ ਪਤਾ ਲੱਗ ਜਾਂਦਾ ਉਹਨੂੰ ਕੈਂਸਰ ਹੈ ਫਿਰ ਉਹ ਸੋਚਦਾ ਕਿ ਨਹੀਂ ਮੈਂ ਨਹੀਂ ਹੁਣ ਮਨਾਣਾ ਉਹ ਆਪਣਾ ਟ੍ਰੀਟਮੈਂਟ ਕਰਵਾਉਣ ਦਿੱਲੀ ਜਾਂਦਾ ਉਹਦੇ ਪਹੁੰਚਣ ਤੋਂ ਪਹਿਲਾਂ ਜਦ ਅਸੀਂ ਉੱਥੇ ਪਹੁੰਚੀ ਹੁੰਦੀ ਐ ਤੇ ਕਹਿੰਦੀ ਐ ਤੂੰ ਆਪ ਹੀ ਕਹਿਆ ਸੀ ਨਾ ਮੈਂ ਬਹੁਤ ਚਿੱਪਕੂ ਚੀਜ਼ ਆ ਸੋਚਿਆ ਤੈਨੂੰ ਸਹੀ ਪ੍ਰੂਫ ਕਰਦਾ ਹੋਰ ਇੱਕ ਦਿਨ ਸੋਣੇ ਜਾਵਾਂਗੇ ਓਕੇ ਸੋ ਮੇਰੀ ਫੇਵਰੇਟ ਵਾਲੀ ਹੈਗੀ ਗਾਇਜ਼ ਸਟੋਰੀ ਨੀਤੀ ਤੇ ਸ਼ਰਦ ਦੀ ਪਤਾ ਨਹੀਂ ਹਾਂ ਨੀਤੀ ਤੇ ਸ਼ਰਦ ਦੀ ਆ ਨਾਮ ਚੇਂਜ ਹੋ ਸਕਦੇ ਸਟੋਰੀ ਉਹੀ ਐ ਸੋ ਨੀਤੀ ਤੇ ਸ਼ਰਦ ਦੋਨੋਂ ਹਸਬੰਡ ਵਾਈਫ ਸੀ ਸ਼ਰਦ ਥੱਕਿਆ ਹਾਰਾ ਆਫਿਸ ਤੋਂ ਘਰ ਆਂਦਾ ਤੇ ਨੀਤੀ ਉਹਨੂੰ ਕਹਿੰਦੀ ਹੈ ਚਾਹ ਪੀਓਗੇ ਤੇ ਸ਼ਰਦ ਕਹਿੰਦਾ ਹਾਂਜੀ ਲੈ ਆਓ ਨੀਤੀ ਚਾਹ ਬਣਾ ਕੇ ਲੈ ਆਂਦੀ ਹੈ ਚਾਹ ਪੀਂਦੇ ਪੀਂਦੇ ਉਹ ਗੱਲ ਕਰਦੀ ਹੋਈ ਕਹਿੰਦੀ ਹੈ ਯਾ ਮੈਨੂੰ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ ਸ਼ਰਦ ਕਹਿੰਦਾ ਬੋਲ ਮੈਂ ਨਾ ਕਿਸੇ ਹੋਰ ਨੂੰ ਪਿਆਰ ਕਰਦੀ ਆ ਪ੍ਰਤੀਕ ਨਾਮ ਹੈ ਉਹਦਾ ਅਸੀਂ ਕਾਲਜ 'ਚ ਇਕੱਠੇ ਪੜ੍ਹਦੇ ਸੀ ਉਹ ਤੋਂ ਬਾਅਦ ਸ਼ਰਦ ਕੁਝ ਰਿਐਕਟ ਨਹੀਂ ਕਰਦਾ ਚੁੱਪਚਾਪ ਜਾ ਕੇ ਸੋ ਜਾਂਦਾ ਹੈ ਨੀਤੀ ਨੂੰ ਸਾਰੀ ਰਾਤ ਨੀਂਦ ਨਹੀਂ ਆਂਦੀ ਸੋਚਦੇ ਕਿ ਆਖਿਰ ਸ਼ਰਦ ਨੇ ਕੁਝ ਰਿਐਕਟ ਕਿਉਂ ਨਹੀਂ ਕੀਤਾ ਸਵੇਰੇ ਜਦੋਂ ਨੀਤੀ ਉੱਠਦੀ ਹੈ ਤੇ ਉਹ ਦੇਖਦੀ ਹੈ ਇੱਕ ਨੋਟ ਨੋਟ ਦੇ ਵਿੱਚ ਸ਼ਰਦ ਨੇ ਲਿਖਿਆ ਹੁੰਦਾ ਹੈ ਕਿ ਅੱਜ ਅਸੀਂ ਤੇਰੇ ਘਰ ਮਿਲਾਂਗੇ ਇਹ ਸੁਣ ਕੇ ਨੀਤੀ ਡਰ ਜਾਂਦੀ ਹੈ ਉਹਨੂੰ ਲੱਗਦਾ ਹੈ ਕਿ ਹੁਣ ਮਤਲਬ ਘਰ 'ਚ ਕਲੇਸ਼ ਪਏਗਾ ਮੇਰੀ ਬਦਨਾਮੀ ਹੋਏਗੀ ਇਹ ਮੈਂ ਕੀ ਕਰਤਾ ਫਿਰ ਜਦੋਂ ਉਹ ਘਰ ਪਹੁੰਚਦੀ ਹੈ ਤੇ ਉਹ ਦੇਖਦੀ ਹੈ ਕਿ ਸ਼ਰਦ ਨੇ ਉਹਦੇ ਤੇ ਪ੍ਰਤੀਕ ਦੇ ਰੋਕੇ ਦੀ ਤਿਆਰੀ ਕੀਤੀ ਹੁੰਦੀ ਹੈ ਤੇ ਘਰਦਿਆਂ ਨੂੰ ਮਨਾਇਆ ਹੁੰਦਾ ਹੈ ਇਹ ਦੇਖ ਕੇ ਨੀਤੀ ਸ਼ਰਦ ਨੂੰ ਪੁੱਛਦੀ ਹੈ ਕਿ ਤੁਸੀਂ ਤਾਂ ਮੈਨੂੰ ਬਹੁਤ ਪਿਆਰ ਕਰਦੇ ਤੁਸੀਂ ਇਦਾਂ ਕਿਉਂ ਕੀਤਾ ਫਿਰ ਉਹ ਕਹਿੰਦਾ ਕਿਉਂਕਿ ਪਿਆਰ ਦਾ ਮਤਲਬ ਕਿਸੇ ਨੂੰ ਕੈਦ ਕਰਕੇ ਰੱਖਣਾ ਨਹੀਂ ਹੁੰਦਾ ਜਿਸ ਦਾ ਤੁਸੀਂ ਇਹ ਰਿਐਲਿਟੀ ਹੈ ਕਿਸੇ ਦੀ ਕਿ ਜਾਂ ਤੁਹਾਡੀ ਸਿਰਫ ਸੋਚਣ ਦੇ ਅਕੋਰਡਿੰਗ ਹੀ ਕਿਲਾ ਤੁਸੀਂ ਲਿਖਿਆ ਹੋਇਆ ਹੈ ਦੇਖੋ ਇੱਕ ਰਾਈਟਰ ਜੇ ਲਿਖਦਾ ਹੈ ਨਾ ਤੇ ਉਹ ਆਸ-ਪਾਸ ਦੇਖ ਕੇ ਲਿਖਦਾ ਆਬਜ਼ਰਵ ਕਰਕੇ ਲਿਖਦਾ ਹੈ ਕਿ ਤੂੰ ਸੁਣ ਕੇ ਜਾਂ ਕਿ ਤੂੰ ਪੜ ਕੇ ਲਿਖਦਾ ਹਾਂ ਸੋ ਜੇ ਮੈਂ ਇਹ ਚੀਜ਼ ਲਿਖੀ ਆ ਇਹ ਪੱਕਾ ਐਗਜ਼ਿਸਟ ਕਰਦੀ ਹੋਊਗੀ ਤਾਂ ਮੈਂ ਲਿਖੀ ਆ ਚਲਿਤ ਵਰਗ ਮੁੰਡਾ ਹੋਊਗਾ ਯਾਰ ਇਸਦੇ ਵਿੱਚ ਹੋਊਗਾ ਹਮਲੇ ਕਹਿੰਦੇ ਸਾਡੇ ਦੇਖਿਆ ਨਹੀਂ ਕਿਤੇ ਹਾਂ ਮੈਂ ਇੱਕ ਪਤਾ ਨਹੀਂ ਕੋਈ ਸਟੋਰੀ ਪਾਈ ਸੀ ਐਂਡ ਕਿਸੇ ਦਾ ਮੈਸੇਜ ਆਇਆ ਕਿ ਤੁਸੀਂ ਯਾਰ ਇਹ ਸਟੋਰੀ ਤੁਹਾਨੂੰ ਕਿਸੇ ਨੇ ਦੱਸੀ ਹੈ ਮੈਂ ਕਿਹਾ ਨਹੀਂ ਇਹ ਮੈਂ ਆਪ ਲਿਖੀ ਹੈ ਕਹਿੰਦਾ ਬਿਲਕੁਲ ਮੇਰੀ ਸਟੋਰੀ ਹੈ ਬਿਲਕੁਲ ਸੱਚ ਹੈ ਮੈਨੂੰ ਇਦਾਂ ਲੱਗਿਆ ਜਿਵੇਂ ਮੇਰੇ ਕਿਸੇ ਆਪਣੇ ਨੇ ਤੁਹਾਨੂੰ ਫੋਨ ਕਰਕੇ ਦੱਸਿਆ ਹੁੰਦਾ ਐਂਡ ਮੈਂ ਨਾ ਉਹ ਪੜ੍ਹ ਕੇ ਇੰਨਾ ਜ਼ਿਆਦਾ ਹੱਸੀ ਮੈਂ ਤਾਂ ਸਕਰੀਨ ਸ਼ਾਟ ਲੈ ਕੇ ਨਾ ਵਟਸਐਪ ਤੇ ਪਾ ਕੇ ਕੈਪਸ਼ਨ ਪਤਾ ਕੀ ਲਿਖਿਆ ਮੈਨੂੰ ਨਹੀਂ ਪਤਾ ਸੀ ਮੈਂ ਅੰਦਰ ਜਾ ਮੀ ਦੀ ਹਾਂ ਨੇ ਮਤਲਬ ਬਿਲਕੁਲ ਸੇਮ ਇੱਕ ਦੋ ਚੀਜ਼ਾਂ ਦਾ ਬਸ ਡਿਫਰੈਂਸ ਹੀ ਸੋ ਇਦਾਂ ਆ ਸੋ ਕਿੰਨੇ ਕ ਆਂਦੇ ਨੇ ਜਾਂ ਤੁਹਾਨੂੰ ਸ਼ੌਂਕ ਦਾ ਜਿਹੜੇ ਸੌਂਗ ਨੇ ਉਹਨਾਂ ਦਾ ਸੌਂਗ ਕਰ ਕਿਦਾਂ ਕਿਦਾਂ ਜਿਹੜੇ ਗੀਤ ਨੇ ਗਾਉਣ ਦੇ ਸ਼ੌਂਕੀਨ ਹੋ ਜਾਂ ਲਿਖਦੇ ਹੋ ਗੀਤ ਵੀ ਮੈਂ ਮਤਲਬ ਠੀਕ ਹੈ ਮੈਂ ਗਾ ਲੈਂਦੀ ਹਾਂ ਥੋੜਾ ਬਹੁਤ ਮੈਂ ਪ੍ਰੋਫੈਸ਼ਨਲੀ ਨਹੀਂ ਕਦੀ ਗਾਇਆ ਤੇ ਨਾ ਹੀ ਮੈਨੂੰ ਗਾਣ ਦਾ ਸ਼ੌਂਕ ਆ ਪ੍ਰੋਫੈਸ਼ਨਲੀ ਮੈਂ ਲਿਖਦੀ ਵਧੀਆ ਮੈਨੂੰ ਆ ਕਿ ਮੈਂ ਲਿਖਾਂ ਮੈਨੂੰ ਕੋਈ ਵਧੀਆ ਗਾਣ ਵਾਲਾ ਮਿਲੇ ਮੇਰਾ ਗਾਣਾ ਜਿਹੜੇ ਮੇਰੇ ਬਹੁਤ ক্লোਜ਼ ਫਰੈਂਡਸ ਨੇ ਫੈਨਸੀ ਨਹੀਂ ਮੈਂ ਕਹਿੰਦੀ ਹੁੰਦੀ ਪੱਕਾ ਹੈਗਾ ਮੇਰੇ ਘਰੇ ਮੈਨੂੰ ਫੈਨਸੀ ਨਹੀਂ ਲੋੜ ਮੈਨੂੰ ਫਰੈਂਡਸ ਦੀ ਲੋੜ ਆ ਆਪਣੇ ਆਦੀ ਲੋੜ ਆ ਅੱਛਾ ਉਹਨਾਂ ਨੂੰ ਪਤਾ ਮੇਰਾ ਗਾਣਾ ਆ ਚੁੱਕਿਆ ਇੱਕ 2018 ਫ फेब्रुवारी ਚ ਆਇਆ ਸੀ ਹਰਦੀਪ ਗਰੇਵਾਲ ਨੇ ਗਾਇਆ ਹੋਇਆ ਇੱਕ ਤਰਫਾ ਪਿਆਰ ਉਹਦਾ ਕੱਲਾ ਆਡੀਓ ਆਇਆ ਹੋਇਆ ਉਹਦੀ ਵੀਡੀਓ ਨਹੀਂ ਆਈ ਆਡੀਓ ਤੁਹਾਡੇ ਸੁਣਨਾ ਚਾਹਾਂਗੇ ਹੁਣ ਲਾਈਵ ਦੇ ਵਿੱਚ ਵੀਡੀਓ ਚੱਲ ਰਹੀ ਏ ਓਕੇ ਬੜੀਆ ਤੇ ਆਉਂਦੇ ਉਹ ਪਲ ਇੱਕ ਤਰਫਾ ਪਿਆਰ ਮੈਂ ਕਰਦੀ ਸੀ ਬੜਾ ਦੂਰ ਜਾਣ ਤੋਂ ਡਰਦੀ ਸੀ ਹਾਂ ਪਿਆਰ ਮੈਂ ਤੈਨੂੰ ਕਰਦੀ ਸੀ ਹੋ ਜਾਵੇਂ ਤੂੰ ਮੇਰਾ ਇਹ ਦੁਆਵਾਂ ਕਰਦੀ ਸੀ ਬੜਿਆ ਦੇ ਆਉਂਦੇ ਉਪਰ ਇੱਕ ਤਰਫਾ ਪਿਆਰ ਮੈਂ ਕਰਦੀ ਸੀ ਬਸ ਇਦਾਂ ਹੀ ਬੇਸੁਰਾ ਗਾ ਲੈਨੀ ਮੈਂ ਨਹੀਂ ਬਹੁਤ ਹੀ ਵਾਹ ਤੁਹਾਡੀ ਸਿੰਗਿੰਗ ਚ ਨਹੀਂ ਹੈ ਮੇਰੀ ਆਵਾਜ਼ ਮੈਂ ਸਟੋਰੀਜ਼ ਮੇਰੀ ਆਵਾਜ਼ ਗਾ ਸਿੰਗਿੰਗ ਤੇ ਮੈਂ ਆਪਣੇ ਆਪ ਨੂੰ ਮਾਈਨਸ ਤੇ ਵੀ ਨੰਬਰ ਨਹੀਂ ਦੇ ਸਕਦੀ ਲਾਸਟ ਕੁਝ ਕਹਿਣਾ ਚਾਹੋਗੇ ਕੀ ਲਾਸਟ ਤੇ ਕੁਝ ਕਹਿਣਾ ਚਾਹੋਗੇ ਬਸ ਇਹੀ ਕਹਾਂਗੀ ਕਿ ਯਾਰ ਜ਼ਿੰਦਗੀ ਬਹੁਤ ਛੋਟੀ ਆ ਇਹਨੂੰ ਪੂਰੀ ਤਰ੍ਹਾਂ ਇੰਜੋਏ ਕਰੋ ਇਹ ਨਾ ਸੋਚੋ ਕਿ ਯਾਰ ਕਾਮਯਾਬੀ ਨਹੀਂ ਮਿਲੀ ਬਿਲੀਵ ਨਹੀਂ ਜਦੋਂ ਤੁਸੀਂ ਇਸ ਦੁਨੀਆ ਤੋਂ ਚੱਲ ਜਾਣਾ ਕਹੇ ਨੇ ਨਹੀਂ ਦੇਖਣਾ ਤੁਹਾਡੇ ਕਿੰਨੇ ਫੋਲੋਅਰਸ ਆ ਕਿੰਨੇ ਰੀਲ ਵੀਜ਼ ਆ ਸਾਰਿਆਂ ਨੇ ਇੱਕੋ ਜਿਹੀ ਜੀ ਕਹਿਣੀ ਆ ਯਾਰ ਬੰਦਾ ਬਹੁਤ ਚੰਗਾ ਸੀ ਕਰਮ ਚੰਗੇ ਕਰੋ ਬਸ ਪੱਲ ਮਾਲਕ ਤੇ ਛੱਡ ਦਿਓ ਆਪੇ ਮਿਲ ਜਾਊਗਾ ਪ੍ਰਭ ਡੋਰੀ ਹੱਥੋਂ ਮਾਰੀ ਬਸ ਬਹੁਤ ਧੰਵਾਦ ਜੀ ਇਹ ਸਨ ਆਰ ਜੇ ਬਾਣੀ ਜਿਨ੍ਹਾਂ ਦੀ ਕਿਉਂਕਿ ਕਾਫੀ ਰੀਲਸ ਨੇ ਇੰਸਟਾਗ੍ਰਾਮ ਦੇ ਉੱਪਰ ਫੇਮਸ ਨੇ ਬਹੁਤ ਸਾਰੀਆਂ ਵੀਡੀਓਸ ਵਾਇਰਲ ਹੁੰਦੀਆਂ ਨੇ ਸਾਡਾ ਮਕਸਦ ਸੀਗਾ ਕਿ ਤੁਹਾਨੂੰ ਅੱਜ ਕਿਸੇ ਸਕਸੀ ਵੱਖਰੀ ਸਕਸੀ ਨਾ ਮਿਲਵਾਇਆ ਜਾਵੇ ਜਿਨ੍ਹਾਂ ਨੇ ਕੁਝ ਵੱਖਰਾ ਕਰ ਰਹੇ ਨੇ ਕਿਉਂਕਿ ਅਕਸਰ ਤੁਸੀਂ ਜਿਹੜਾ ਟਿਕਟੌਕ ਸਟਾਰਸ ਦੇਖਦੇ ਹੋ ਪਰ ਅੱਜ ਤੁਹਾਨੂੰ ਇੰਸਟਾਗ੍ਰਾਮ ਦੇ ਜਿਹੜੇ ਸਟਾਰ ਨੇ ਉਹਨਾਂ ਨਾਲ ਮਿਲਾਉਣ ਦੀ ਸਾਡੀ ਕੋਸ਼ਿਸ਼ ਸੀ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਵੇਂ ਲੱਗੀ ਕਮੈਂਟ ਬਾਕਸ ਜਿਹੜੀ ਜਾਣਕਾਰੀ ਜੁੜ ਦੇਣਾ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਮਿੱਤਰਪਾਲ ਦੇ ਨਾਲ ਦਲਬਾਖ ਸਿੰਘ ਪੰਜਾਬ ਟੂ ਪ੍ਰਦੇਸ਼ ਜਲੰਧਰ